ਹੇ ਪਰਮਾਤਮਾ ਮੇਰੇ ਪੇਕੇ ਘਰ ਦੇ ਦੋਮਾ ਪਰਿਵਾਰਾਂ ਤੇ ਆਪਣੀ ਮਿਹਰ ਬਣਾ ਕੇ ਰੱਖੀ ਪੇਕਾ ਘਰ ਤਾਂ ਨਾ ਹੱਸਦਾ ਖੇਡਦਾ ਹੀ ਚੰਗਾ ਲੱਗਦਾ ਸਾਹ ਚੜ ਜਾਂਦਾ ਹੈਗਾ ਚਲ ਫਿਰ ਜੇ ਅਸੀਂ ਬਾਗ گے ਨਾ ਤੂੰ ਮੰਜੇ ਤੋਂ ਨਾ ਉੱਠੀ ਕਿਤੇ ਪਸੂ-ਪਸੂ ਆਸੇ-ਪਾਸੇ ਕਰਨ ਲੱਗ ਜਾਏ ਕ੍ਰੀਸ਼ ਕਿ ਲੈ ਜਾਣਗੇ ਤੈਨੂੰ ਪਸੂ ਨਹੀਂ 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 ਮੈਂ ਤਾਂ ਸਾਨੂੰ ਪਹਿਲੀ ਕਹਿਣਾ ਵੀ ਆਪਦਾ ਭਾਈ ਕੀਲਿਆਂ ਤੇ ਨੂੜ ਜੋਂ ਉਹਨਾਂ ਨੂੰ ਦੇਖਾਂ ਕੀ ਕਰੀ ਜਾਂਦੇ ਬਹੂ ਰਾਣੀ ਕੋੜ ਹਰ ਤੋ ਓਰੇ ਆ ਕੁੜੇ ਹਾਂਜੀ ਬੀਬੀ ਕੀ ਕਰਤੀ ਸੀ ਕੁਛ ਨਹੀਂ ਮੈਂ ਤਾਂ ਕੱਪੜੇ ਤੈਹ ਲਾਉਣ ਲੱਗ ਰਹੀ ਸੀ ਅੱਛਾ ਹਾਂ ਉਹ ਮੈਂ ਤਾਂ ਤੈਨੂੰ ਆਏ ਆਦੀ ਸੀ ਪੁੱਤ ਤਾਂ ਤੂੰ ਟੂ ਮਾਮਾ ਮੈਂ ਨੂੰ ਸਮਾਂ ਨਹੀਂ ਨਹੀਂ ਹੈ ਗਈਆਂ ਉਹ ਤਾਂ ਬੀਬੀ ਮੈਂ ਸ਼ਾਮਤੀਆਂ ਲਾ ਕੇ ਮੈਂ ਡੱਬੀ ਚ ਪਾ ਕੇ ਨਵਾਰੀ ਚ ਰੱਖ ਤੀਆਂ ਅੱਛਾ ਸ਼ਾਮਤੀਆਂ ਹਾਂ ਹਾਂ ਸ਼ਾਮਤੀਆਂ ਮੈਂ ਉਹ ਮੈਂ ਇਹੀ ਕਹਿੰਦੀ ਸੀ ਪੁੱਤ ਬਹਾਨੇ ਆ ਨਹੀਂ ਸਿਆਣੀਆਂ ਕਿ ਤੂੰ ਰਾਂ ਪਰਾ ਨਾ ਹੋ ਜਾਣ ਮਾੜੀਆਂ ਮੋਟੀਆਂ ਕੋਈ ਖੋ ਜਾਂਦੀ ਐ ਕੋਈ ਗੁੰਮ ਜਾਂਦੀ ਐ ਫੇਰ ਔਖਾ ਹੋ ਜਾਂਦਾ ਹੈ ਨਾ ਤੇ ਤੂੰ ਮੈਨੂੰ ਸਮਾਹ ਦੀ ਤੇ ਮੈਂ ਸ਼ਾਮ ਦੂੰਗੀ ਪੁੱਤ ਨਾ ਨਾ ਬੀਬੀ ਤੁਸੀਂ ਫਿਕਰ ਨਾ ਕਰੋ ਮੈਂ ਕਿਹੜਾ ਨਿਆਣੀਆਂ ਵੀ ਉਰਾਂ ਪਰਾਂ ਛਿੜ ਦੂੰ ਮੈਨੂੰ ਸਾਰਾ ਪਤਾ ਹੈ ਵੀ ਸਿਉਨੇ ਦੀਆਂ ਬਣੀਆਂ ਹੋਈਆਂ ਨੇ ਉਹ ਕੜਾਈ ਬਣਦੀਆਂ ਨੇ ਮੈਂ ਸ਼ਾਂਤ ਹਾਂ ਤੁਸੀਂ ਨਾ ਫਿਕਰ ਕਰੋ ਸੰਕਾ ਦੀਏ ਛੋਡੇ ਲਵੇ ਹੋਰ ਹੈਗਾ ਸਿਉਨਾ ਮੈਨੂੰ ਫੜਾ ਦੋ ਮੈਂ ਆਪੀ ਸੰਭਲ ਲੂੰਗੀ ਕਿਹ ਵਾਰੀ ਛੋਡੇ ਦਿਮਾਗ ਚੋਂ ਗੱਲਾਂ ਨਿਕਲ ਜੇ ਧਰ ਕੇ ਤੁਸੀਂ ਭੁੱਲ ਜੋ ਫੇਰ ਔਖਾ ਹੋ ਜਾਊਗਾ ਓਹੋ ਕਾ ਨੂੰ ਧਰ ਕੇ ਭੁੱਲਦੀ ਐ ਮੈਂ ਤਾਂ ਤੈਨੂੰ ਆਈ ਆਦੀ ਸੀ ਤੂੰ ਰਾਂ ਪਰਾਂ ਭੱਗ ਜਾਨੀ ਐ ਕਈ ਵਾਰੀ ਪਤਾ ਨਹੀਂ ਹੁੰਦਾ ਪੁੱਤੋ ਤੇ ਕੋਈ ਹੋਰ ਆ ਜੇ ਆਂਡ ਕਮਾੜ ਚੋਂ ਤੈਨੂੰ ਪਤਾ ਮੜਾ ਮੋਟਾ ਕੋਈ ਹੱਥ ਪੱਲਾ ਹੀ ਮਾਰ ਜੇ ਫੇਰ ਕੀ ਦਾ ਮੂੰਹ ਕਾਲਾ ਕਰਾਂਗੇ ਤੇ ਮੈਂ ਆਪ ਦੇ ਕਮਰੇ ਚ ਉੱਥ ਬੀਬੀ ਮੈਂ ਕਿੱਥੇ ਜਾਣਾ ਵਾਤੋਂ-ਵਾਤ ਪਿੰਡ ਜਾਉਂਗੀ ਇੱਕ ਦਿਨ ਜਾਂ ਦੋ ਦਿਨ ਉਦੋਂ ਤੂੰ ਘਰ ਹੀ ਹੋਵੇਂਗੀ ਹੋਰ ਮੈਂ ਕਿੱਥੇ ਜਾਣਾ ਮੈਂ ਕਿਹੜਾ ਹੋ ਰਿਸ਼ਤੇਦਾਰੀਆਂ ਚ ਘੁੰਮਦੀ ਫਿਰਦੀਆਂ ਜਾਂ ਇੱਥੇ ਜਾਂ ਪਿੰਡ ਚੱਲ ਕੋਈ ਨਾ ਫਿਰ ਭਾਈ ਤੇਰੀ ਸਲਾਹ ਹੈ ਚੰਗਾ ਫਿਰ ਰੱਖੀ ਸਾਮ ਕੇ ਗੌਰ ਨਾਲ ਰੱਖੀ ਚੰਗਾ ਮਾਂ ਹਾਂ ਬੀਬੀ ਤੁਸੀਂ ਫਿਕਰ ਨਾ ਕਰੋ ਮੈਨੂੰ ਪਤਾ ਵੀ ਕਬੀਲਦਾਰੀ ਚੀਜ਼ ਕੀ ਹੁੰਦੀ ਹੈ ਮੈਂ ਸਾਰੇ ਘਰ ਦਾ ਸਮਾਨ ਨਾ ਚੰਗੀ ਤਰ੍ਹਾਂ ਸਾਮ ਕੇ ਰੱਖੂੰਗੀ ਤੁਸੀਂ ਮੈਨੂੰ ਐਂ ਦੱਸੋ ਚਾਹ ਪੀਣੀ ਹੁਣ ਮਾਂ ਬੱਸ ਚੱਲ ਚਾਹ ਤਾਂ ਨਹੀਂ ਮੈਂ ਪੀਣੀ ਹੈਗੀ ਤੇ ਤੂੰ ਆਹ ਕੱਪੜਿਆਂ ਨੇ ਤੈਹਾਂ ਜੀਆਂ ਲਾ ਕੇ ਤੇ ਮੈਂ ਐਂ ਕਹਿੰਦੀ ਸੀ ਰੋਟੀ ਪਕਾਈ ਲੈ ਹਾਂ ਹਾਂ ਰੋਟੀ ਮੈਂ ਬਣਾਉਣੀ ਐ ਤੇ ਸੋਡਾ ਹੋ ਨਾ ਮਾਸੂਟ ਪਿਆ ਤੀਗਾ ਉਥੇ ਤੁਸੀਂ ਪ੍ਰੈਸ ਬਾਹਰੋਂ ਕਰਾਉਂਗੇ ਕਿ ਉਸੇ ਉਥੇ ਮੈਂ ਕਰਦਾ ਪ੍ਰੈਸ ਪੁੱਤ ਬਾਹਰੋਂ ਆਪਾਂ ਕਿਥੋਂ ਕਰਾਉਣੀ ਐ ਪ੍ਰੈਸ ਤੂੰ ਹੀ ਕਰਦੇ ਆਪਾਂ ਤਾਂ ਕਰੀ ਉਹੀ ਗੱਲ ਪ੍ਰੈਸ ਖਸਾ ਲੈਣਿਆਂ ਨਾਲੇ ਮੈਂ ਤਾਂ ਜੇ ਕਿਤੇ ਜਾਣ ਆਉਣਾ ਹੁੰਦਾ ਉਦੋਂ ਹੀ ਪ੍ਰੈਸ ਕਰਦੀ ਆ ਪੁੱਤ ਤੈਨੂੰ ਪਤਾ ਐ ਬੁੜੇ ਠੇਰੇ ਕਿਥੋਂ ਸਾਥੋਂ ਪ੍ਰੈਸਾਂ ਹੁੰਦੀਆਂ ਨੇ ਜੇ ਤੂੰ ਪ੍ਰੈਸ ਕਰਦੇਂਗੀ ਤਾਂ ਪਾ ਲੂੰਗੀ ਤੇ ਨਹੀਂ ਮੈਂ ਤਾਂ ਇਂ ਬਲਾਂ ਵਾਲੀ ਚਾਕੇ ਪਾ ਲੈਣੀ ਐ ਬੀਬੀ ਹੁਣ ਤੂੰ ਬਣ ਵਾਲੇ ਕੱਪੜੇ ਕਿਉਂ ਪਾਏਂਗੀ ਜਦੋਂ ਮੈਂ ਆ ਗਈ ਨਾ ਤੇਰੇ ਕੱਪੜਿਆਂ ਦੀ ਮੈਂ ਪ੍ਰੈਸ ਵੀ ਕਰਿਆ ਕਰੂੰਗੀ ਆਪੇ ਸਾਮਿਆ ਕਰੂੰਗੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹੁਣ ਚੱਲ ਚੰਗਾ ਪੁੱਤ ਫਿਰ ਸਾਂਭ ਲੈ ਮੇਰੀ ਤੇ ਹਾਂ ਚਲੋ ਠੀਕ ਐ ਮੈਂ ਬਣਾਉਣੀ ਆ ਰੋਟੀ ਹੈ ਬਣਾ ਲੈ ਹਾਂ ਠੀਕ ਐ ਲੈ ਦੇਖ ਲੈ ਤਾਂ ਵਾਲੀ ਉਤੇਜ ਆ ਗਈ ਤੂੰ ਮਾ ਤਾਂ ਕਹਿੰਦੀ ਮੈਂ ਸਾਂਭ ਲਈ ਕਿ ਤੇ ਉਈ ਨਵਰਾ ਪਰਾਂ ਘਰ ਦੇ ਚੱਕ ਕੇ ਨਾ ਪੇਕਿਆਂ ਨੂੰ ਫੜਾਇਆ ਆਵੇ ਹੁਣ ਲਸਿਆਪਾ ਹੋਗਾ ਜਾਨ ਨੂੰ ਉਹ ਗੱਲ ਹੋ ਗਈ ਕਿਚੋਰ ਦੀ ਮਾਂ ਕੋਠੀ ਚ ਮੂੰਹ ਮੈਂ ਤਾਂ ਕਹਿਣ ਜੋਕਰੀ ਵੀ ਨਹੀਂ ਕਿਸੇ ਨੂੰ ਚਾਲੂ ਦੇਖਣ ਨੂੰ ਤਾਂ ਸਿਆਣੀ ਲੱਗਦੀ ਆ ਖਬਰਾਂ ਸਾਂਭ ਹੀ ਲਵੇ ਘਰ ਸੰਭਣ ਵਾਲੀ ਹੋਈ ਹੋਵੇ ਚਲ ਦੇਖੀ ਜਾਉ ਮਨਾ ਆਹੋ ਹੋ ਹੋ ਅੱਜ ਦਾ ਬਾਈ ਸੋਰਸ ਦੂਜੇ ਪਾਸੇ ਉਹ ਠੀਕ ਆ ਬਾਈ ਠੀਕ ਆ ਬਾਈ ਤੈਨੂੰ ਦੇਖ ਕੇ ਹੋਰ ਖੜ ਗਏ ਅੱਛਾ ਕਿਵੇਂ ਦਵਾਈ ਬੂਟੀ ਸ਼ੂਗਰ ਸਾਗਰ ਠੀਕ ਆ ਹੁਣ ਠੀਕ ਆ ਹੁਣ ਤਾਂ ਬਾਈ ਪਟਿਆਰੇ ਤੋਂ ਲੈ ਆਈ ਤੀ ਦਵਾਈ ਅੱਛਾ ਉੱਥੋਂ ਲੱਗੀ ਆ ਆਹੋ ਗੌਰ ਨਾਲ ਜਵਾਖਾ ਨੂੰ ਕਹਿ ਕੂ ਕਿ ਮੰਗਾ ਲਿਆ ਕਰ ਮੁੜ ਕੇ ਤੈਨੂੰ ਪਤਾ ਬਦ ਘਟ ਜਾਵੇ ਔਖਾ ਹੋ ਜਾਂਦਾ ਫਿਰ ਓਏ ਕੁਛ ਨਹੀਂ ਹੁੰਦਾ ਤੈਨੂੰ ਤਾਂ ਆਪਸ ਹੀ ਹੈ ਪੁਰਾਣੀਆਂ ਖਰਾਕਾਂ ਖਾਦੀਆਂ ਹੋਈਆਂ ਨੇ ਬਾਈ ਐ ਤਾਂ ਮੈਨੂੰ ਪਤਾ ਹੈ ਬਥੇਰਾ ਕੰਮ ਕੀਤਾ ਮੇਰੇ ਬਾਈ ਨੇ ਬਾਈ ਦੇਖ ਮੈਨੂੰ ਤਾਂ ਚੌਂ ਚੜ ਗਿਆ ਕਾਕਿਆ ਜਦੋਂ ਮੈਂ ਤੈਨੂੰ ਦੇਖਿਆ ਵੀ ਛੋਟਾ ਭਾਈ ਆਉਂਦਾ ਤੁਰਿਆ ਲੈ ਬਾਈ ਭਰਾ ਤਾਂ ਫਿਰ ਭਾਈ ਹੁੰਦੇ ਨੇ ਲਾਹੌਰ ਹੁਣ ਭਾਈ ਦੇਖ ਲੈ ਐਮੀ ਤਾਂ ਨਹੀਂ ਕਿਹਾ ਸਿਆਣੇ ਨੇ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ ਭਰਾ ਐ ਕਹਣਾ ਬਾਈ ਕਾਕੇ ਘਰਾਂ ਚ ਕੰਜ਼ਾ ਨਿਕਲੀਆਂ ਨੇ ਦੇਲਾਂ ਚ ਨਹੀਂ ਇਹ ਤਾਂ ਤੇਰੀ ਸਿਆਣੀ ਗੱਲ ਆ ਬਾਈ ਹੈ ਕਈ ਵਾਰੀ ਔੜਕਾ ਆਉਂਦਾ ਹੁੰਦਾ ਮੈਨੂੰ ਇਹਨੂੰ ਪਤਾ ਮੈਥੋਂ ਤੁਰਿਆ ਨਹੀਂ ਜਾਂਦਾ ਬਾਲਾ ਦਹਮ ਚੜਦਾ ਉਹ ਤਾਂ ਮੈਨੂੰ ਪਤਾ ਹੈ ਮੈਂ ਆਪ ਹੀ 걔ੜਾ ਮਾਰ ਜਾਂਦਾ ਕਈ ਵਾਰੀ ਕੰਮ ਧੰਦੇ ਚ ਬਾਈ ਤੈਨੂੰ ਪਤਾ ਨਹੀਂ ਵੀ ਆਇਆ ਜਾਂਦਾ ਆ ਚਲੋ ਮੈਨੂੰ ਤਾਂ ਆਪੋ ਹੀ ਕੀ ਮੈਂ ਕੀ ਕੰਮ ਕਰਦਾ ਮੈਂ ਤਾਂ 베ਦਲਾ ਮਾਰਿਆ ਕਰ 걔ੜਾ ਉਧਰ ਹੈ 걔ੜੇ ਤੋਂ ਗੱਲ ਜਿਆਦਾ ਹੀ ਬਈ ਬਹੁਤ ਪਰਮਾਤਮਾ ਨੇ ਰੰਗ ਲਾਤੇ ਵਧਾਈਆਂ ਹੋ ਗਈਆਂ ਬਾਈ ਦਨਦੋ ਹੈ ਰੱਬ ਸਭ ਨੂੰ ਬਧਾਵੇ ਭਾਈ ਮੈਨੂੰ ਤਾਂ ਬਹੁਤ ਚੋ ਚੜਿਆ ਭਾਈ ਕਰਮੇ ਦੇ ਵਿਆਹ ਦਾ ਜਦੋਂ ਸਮਝ ਮੈਨੂੰ ਪਤਾ ਲੱਗਿਆ ਤੇ ਮੈਂ ਜਵਾਖਾ ਨੂੰ ਕਿਹਾ ਭਾਈ ਸਾਰਾ ਟੱਬਰ ਜਾਉ ਅਗਲੇ ਤੇ ਹਾਏ ਹਾਂ 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 ਬਸ ਤੁਸੀਂ ਸੋਚ ਨਾ ਕਰੋ ਮੈਂ ਬੈਠਾ ਘਰੇ ਉਹ ਭਾਈ ਚਾਹ ਤਾਂ ਹੋਣੀ ਐ ਫਿਕਰ ਹੋ ਰਿਆ ਸੀ ਮੈਨੂੰ ਤਾਂ ਚੱਲ ਵਧੀਆ ਪ੍ਰਮਾਤਮਾ ਨੇ ਸੁਣ ਲਈ ਮੁੰਡਾ ਵਿਆਹ ਹੈ ਗਿਆ ਆਪਾਂ ਨੂੰ ਹੁਣ ਕਾਹਦਾ ਫਿਕਰ ਨਹੀਂ ਨਾ ਨਾ ਭਾਈ ਇਹ ਤਾਂ ਬਹੁਤ ਵਧੀਆ ਰੰਗ ਲਾਗੇ ਸੌਕਾ ਇੱਕ ਹੋਰ ਪੁੱਛਦਾ ਤੇ ਤੈਨੂੰ ਮੈਂ ਹਾਂ ਦੱਸ ਬਾਈ ਆਪਣੀ ਗਰਦੇਬੋ ਨੇ ਮੈਨੂੰ ਦੇ ਸੀ ਵਿਆਹ ਚ ਆਪਣੀ ਕੁੜੀ ਉਹ ਬਾਈ ਕੱਲੀ ਗਰਦੇਬੋ ਗਈ ਸਾਰਾ ਲਾਣਾ ਆਪਣਾ ਹੈ ਤੂੰ ਤਾਂ ਮੂਰੇ ਹੋਣਾ ਸੀ ਸਾਰਿਆਂ ਤੋਂ ਗੱਲ ਕਰ ਹੁਣ ਸਾਨੂੰ ਆਏ ਸੀ ਗਾਹਾਂ ਕੀ ਪਤਾ ਲੜਕੀ ਆਪਣੇ ਨਾਂ ਫੱਟਾ ਵੇ ਅਸੀਂ ਤਾਂ ਗਏ ਤਾਂ ਦੇਖਣੀ ਸੀ ਅੱਛਾ ਉੱਥੇ ਜਾ ਕੇ ਸਾਰੀ ਗੱਲਬਾਤ ਜੱਜ ਗਈ ਤੈਨੂੰ ਪਤਾ ਫਿਰ ਅਸੀਂ ਨਾਲ ਹੀ ਲਿਆਏ ਮੈਂ ਕਿਹੜਾ ਖਾਣ ਪੀਣ ਕਰਨ ਤੁਸੀਂ ਘਰੇ ਕਰ ਲਓ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਹੋ ਗਿਆ ਕੀ ਫਾਇਦਾ ਬਾਈ ਘਰ ਲਟਾਉਣ ਦਾ ਉਰੇ ਕੋਈ ਸਾਵਾਸੀ ਤਾਂ ਦੇਖ ਛੋਟੇ ਪਈ ਦਿੰਦਾ ਨਹੀਂ ਕਿਸੇ ਨੂੰ ਚੱਲ ਬਾਈ ਉਹ ਤਾਂ ਜਹੀ ਜੀ ਗੱਲ ਹੈ ਠੀਕ ਹੈ ਪਰ ਆਪਣੇ ਤਾਂ ਚਿੱਤ ਚ ਹੈ ਰਹੀ ਸੀ ਇਹ ਆਪਾਂ ਤਾਂ ਗਏ ਤਾਂ ਦੇਖਣੀ ਸੀ ਨਹੀਂ ਬਹੁਤ ਚੰਗਾ ਕੰਮ ਹੋ ਗਿਆ ਨਾਲੇ ਦੋ ਪੈਸੇ ਭਈ ਤੀ ਦਿੱਤੀ ਆਲਿਆਂ ਦੇ ਵੀ ਬਚ ਜਾਂਦੇ ਨੇ ਇਹ ਤਾਂ ਹੈ ਕੀ ਫਾਇਦਾ ਰਖਾ ਖਾ ਖਾ ਤੁਰ ਜਾਂਦੇ ਨੇ ਲੋਕ ਹੈ ਸਾਵਾਸੀ ਨੇ ਉਰੇ ਨਿਆਮਦਾਰੀ ਨਹੀਂ ਕੋਈ ਦਿੰਦਾ ਹੈ ਇਹ ਤਾਂ ਹੈ ਬਾਈ ਹਾਏ ਤੇ ਬਹੁਤ ਚੋਹ ਹੋਇਆ ਪਈ ਆਪਾਂ ਨੂੰ ਬਹੁਤ ਉਹ ਸੁਣਾ ਬਈ ਬਾਈ ਗਰੂ ਨੇ ਬੋਰਾ ਗਲਾ ਦੇ ਤੈਨੂੰ ਨਹੀਂ ਜਾ ਉਹ ਬਾਈ ਹੋਰ ਕਿਹਨੂੰ ਹੋ ਹਾਂ ਕਰ ਮੈਨੂੰ ਕਹੇ ਇੱਕਦਮ ਮਾਰ ਕੇ ਜਾਊਗਾ ਮੇਰੇ ਲੱਬੇੜਾ ਨਾ ਕੋਈ ਨਹੀਂ ਬਾਈ ਭੇਜ ਦੂ ਹਾਂ ਬਾਪੂ ਬਿੰਦਰ ਬਾਈ ਨੇ ਨਹੀਂ ਕਿਹਾ ਕੁਛ ਉਹ ਤਾਂ ਫਿਰ ਕਿੱਥੇ ਗੱਲ ਮੰਨਦਾ ਚੱਲ ਕੋਈ ਗੱਲ ਨਹੀਂ ਬਾਪੂ ਆਉਣਾ ਫਿਰ ਮੈਂ ਦਵਾ ਲਿਓਣੇ ਦਵਾਈ ਚੰਗਾ ਹਾਂ ਚੰਗਾ ਤੂੰ ਖਿਆਲ ਰੱਖੀ ਫਿਰ ਚੱਲ ਠੀਕ ਹੈ ਚੰਗਾ ਓਕੇ ਕੀ ਹੋ ਗਿਆ ਓਏ ਹੋਣਾ ਕੀ ਸੀਗਾ ਮਾਂ ਦਾ ਨਾ ਸ਼ੂਗਰ ਵਧਿਆ ਪੈਗਾ ਆਪਾਂ ਉਹਦਾ ਪਿੰਡ ਜਾਣਾ ਪਊ ਸ਼ੂਗਰ ਕਿਵੇਂ ਵਧ ਗਿਆ ਉਹ ਕੀ ਪਤਾ ਹੁਣ ਬਿਮਾਰੀ ਕਿਹੜਾ ਦੱਸ ਕੇ ਹੁੰਦੀ ਹੁੰਦੀ ਹੈਗੀ ਵਧ ਗਿਆ ਬਸ ਕੋਈ ਲੜਾਈ ਹੋਈ ਹੋ ਵੱਡੇ ਨਾਲ ਕੀ ਪਤਾ ਮੈਨੂੰ ਤਾਂ ਬਾਪੂ ਨੇ ਦੱਸਿਆ ਨਹੀਂ ਗੱਲ ਤਾਂ ਆਹੀ ਹੈ ਤੇਰੇ ਵਾਲੀ ਕਰਦਾ ਆ ਤਾਂ ਸੀਗਾ ਤਾਂ ਹੀ ਉਹ ਆਇਆ ਨਹੀਂ ਘਰੇ ਬਾਹਲੇ ਬੈਠੀ ਨੇਗੇ ਵੀ ਤੁਸੀਂ ਦੱਸ ਦਵਾਈ ਤਾਂ ਦਵਾ ਲਿਓ ਬਿਨਾ ਮਤਬਲਾ ਅੱਡ ਵਿੱਡ ਹੋ ਕੇ ਵੀ ਲੜੀ ਜਾਂਦੇ ਨੇਗੇ ਅਸੀਂ ਤਾਂ ਉਹਨਾਂ ਦੇ ਮੇਰੀ ਗੱਲ ਸੁਣ ਉਹਨਾਂ ਨੇ ਮੱਗਰ ਕੇ ਜਾਣਾ ਸੀਗਾ ਖੰਡਪਾੜ ਤੇ ਹੁਣ ਚਲ ਭਾਬੀ ਵਗ ਜੂਗੀ ਫਿਰ ਕੱਲੀ ਹੋਰ ਕੀ ਬਾਹ ਓਏ ਆਹੋ ਆਪਾਂ ਤਾਂ ਨਹੀਂ ਜਾਇਆ ਜਾਣਾ ਤੂੰ ਇਹ ਭੈਣ ਹੀ ਜਾਇਉਗੀ ਕੱਲੀ ਤੇ ਆਪਾਂ ਪਿੰਡ ਚੱਲਦੇ ਆ ਚਲੋ ਕੱਢੋ ਗੱਡੀ ਚੱਲਦੇ ਆ ਫਿਰ ਮਾਂ ਦਵਾਈ ਤਰਵਾ ਕੇ ਲਿਆਵਾਂਗੇ ਹਾਂ ਚਲ ਤੂੰ ਦੱਸ ਦੇ ਭੈਣ ਨੂੰ ਹਾਂ ਕੋਈ ਨਹੀਂ ਮੈਂ ਬਾਅਦ ਮਾਰਦੀ ਹਾਂ ਹਾਂ ਭਾਬੀ ਆਵਣਾ ਮੇਰੀ ਗੱਲ ਸੁਣ ਪਿੰਡੋਂ ਫੋਨ ਆ ਗਿਆ ਮਾਂ ਵਾਲੀ ਬਿਮਾਰ ਹੋਈ ਪਈ ਉਹਨੇ ਤਾਂ ਤੈਨੂੰ ਜਾਣਾ ਪੋਖੰਡ ਪਾੜ ਤੇ ਅੱਛਾ ਕੀ ਗੱਲ ਹੋ ਗਈ ਪਤਾ ਨਹੀਂ ਕਹਿੰਦੇ ਸ਼ੂਗਰ ਸਾਕਰ ਬਾਲਾ ਵਧਿਆ ਪਿਆਗਾ ਫਿਰ ਤੈਨੂੰ ਪਤਾ ਉੱਥੇ ਕਿਹੜਾ ਕੋਈ ਹੈਗਾ ਲੈ ਦੱਸ ਚਲ ਕੋਈ ਨਾ ਫਿਰ ਦੂਜਾ ਆਇਆ ਇੱਧਰ ਮੈਂ ਜਾਇ ਆਉਣੀ ਆ ਹੋਰ ਕੀ ਹੈ ਤਾਂ ਹੀ ਕਹਿੰਦੀ ਸੀ ਮੱਥਾ ਟੇਕ ਦਿਓ ਮੱਥਾ ਟੇਕ ਦਿਓ ਜੇ ਹੁੰਦੀ ਰਹਿ ਕਿਵੇਂ ਠੀਕ ਆ ਬਤਾਉਣਾ ਹਾਂ ਹਾਂ ਪੂਆ ਜੀ ਠੀਕ ਆ ਹੁਣ ਤਾਂ ਮੇਰੀ ਗੱਲ ਸੁਣ ਘਰੇ ਪੁੱਤ ਅੱਜ ਕੋਈ ਨਹੀਂ ਹੋਣਾ ਕਿਉਂ ਤੇਰੀ ਮਾਂ ਨੇ ਤਾਂ ਉੱਥੇ ਜਾਣਾ ਖੰਡ ਪਾੜ ਤੇ ਅਸੀਂ ਜਾਣੇ ਆਗੇ ਪਿੰਡ ਕਿਵੇਂ ਪਿੰਡ ਕੁਛ ਓ ਮਾ ਬਮਾਰ ਹੋਈ ਪਈ ਐ ਮਾੜੀ ਜੀ ਮੇਰੀ ਗੱਲ ਸੁਣ ਕੋਈ ਮਰਜੀ ਆ ਜੇ ਪਤਾ ਕਿਸੇ ਨੂੰ ਵਾਰ ਨਹੀਂ ਖੋਲਣਾ ਆ ਆਪਣੇ ਚਾਚੀ ਕੇ ਵੀ ਆ ਜਾਣ ਚਾਹੇ ਕਹਿ ਕਰੇ ਨਹੀਂ ਹੈਗਾ ਕੋਈ ਨਾਲੇ ਇੱਕ ਗੱਲ ਹੋਰ ਮੰਨ ਲੈ ਮੇਰੀ ਆ ਸਿਰ ਤੇ ਚੁੰਨੀ ਲੈ ਲਿਆ ਕਰ ਉਹ ਬੈਠਾ ਬਾਪੂ ਫਿਰ ਉਹ ਮੈਨੂੰ ਗਾਲਾਂ ਦੇ ਜਾਂਦਾ ਕਹਿੰਦਾ ਭਾਈ ਤੁਸੀਂ ਬਹੂ ਨੂੰ ਕੁਸਖਿਆਉਂਦਿਆਂ ਨਹੀਂ ਹੁਣੀ ਅੰਦਰੋਂ ਆਈ ਸੀ ਨਾ ਭੁੱਲ ਗਈ ਲੈਣੀ ਕੋਈ ਨਹੀਂ ਲੈ ਲੈਣੀ ਚੱਲ ਕੋਈ ਗੱਲ ਨਹੀਂ ਪਤਾ ਪਤਾ ਕੀ ਹੈ ਵੱਡੇ ਬੰਦੇ ਨੂੰ ਐ ਹੁੰਦਾਗਾ ਵੀ ਸਿਰ ਟੱਕੇ ਰੱਖੇ ਨੂੰ ਤੀ ਸਾਨੂੰ ਤਾਂ ਕੋਈ ਗੱਲ ਨਹੀਂ ਨਾ ਕੋਈ ਗੱਲ ਨਹੀਂ ਨਾਲ ਬਿਮਾਰ ਹੋਈ ਪਈਆਂ ਬੁੱਤ ਹੋਰ ਹੁਣ ਚੁੰਨੀ ਜਾਨੀ ਲੈ ਲਿਆ ਕਰ ਚੱਲ ਭਾਈ ਖਿਆਲ ਰੱਖਿਆ ਕਰੋ ਮਾੜਾ ਇਹ ਜਿਹੀਆਂ ਗੱਲਾਂ ਦਾ ਤੈਨੂੰ ਪਤਾ ਵੱਡੇ ਬੰਦਿਆਂ ਨੂੰ ਇਹ ਗੱਲਾਂ ਹੋ ਜਾਂਦੀਆਂ ਨੇ ਵੀ ਸਿਰ ਨਹੀਂ ਢੱਕਦੀ ਜਾਂ ਹਨਾ ਫਿਰ ਗੱਲ ਕਹਾਉਣ ਤੋਂ ਪਹਿਲਾਂ ਪਹਿਲਾਂ ਹੀ ਪੂਰੀ ਕਰ ਲੋ ਆਪ ਅੱਜ ਹੀ ਨਹੀਂ ਤਾਂ کیا ਹੁੰਦਾ ਚਲ ਕੋਈ ਨਹੀਂ ਕੋਈ ਨਹੀਂ ਚਲਾਏ ਨਹੀਂ ਪੁੱਤ ਕਹਿੰਦੇ ਤੈਨੂੰ ਗੁੱਸਾ ਨਾ ਕਰੀ ਕਿਸੇ ਗੱਲ ਦਾ ਉਹ ਤਾਂ ਤੈਨੂੰ ਸੁਲੇ ਕੇ ਗੱਲ ਆਖੀ ਆ ਬਾਪੂ ਤੈਨੂੰ ਪਤਾ ਹੁਣ ਪੁਰਾਣੇ ਖਿਆਲ ਨਾ ਗਾ ਉਹਨੂੰ ਐ ਹੁੰਦਾਗਾ ਵੀ ਚਲ ਨੂਤੀ ਦੇ ਸਿਰ ਤੇ ਚੁੰਨੀ ਲੇਤੀ ਸੋਹਣੀ ਲਾਦੀ ਆ ਉਹ ਤਾਂ ਮੈਨੂੰ ਕਹਿਣ ਦਾ ਹੁੰਦਾ ਮੇਰੇ ਵਰਗੇ ਵੀ ਨੰਗੇ ਝਾਟੇ ਤੇ ਚਲ ਵਾਦਾ ਫੇਰ ਵੀ ਕੁੜੀ ਔਰ ਉਹਦੀ ਮੈਂ ਬਾਪੂ ਨੂੰ ਦੱਸ ਦਿਆਂ ਫਿਰ ਨਾਲੇ ਮੈਂ ਗੱਡੀ ਕਢਦਾ ਆ ਜਾ ਤੂੰ ਚੰਗਾ ਹਾਂ ਹਾਂ ਚਲੋ ਚਾਹ ਬਣਾਦਨੀ ਆ ਚਾਹ ਪੀ ਕੇ ਬਗ ਜਿਓ ਚਾਹ ਨੂੰ ਤਾਂ ਕੁਝ ਨਹੀਂ ਪਤਾ ਕੋਈ ਗੱਲ ਨਹੀਂ ਬਸ ਤੂੰ ਖਿਆਲ ਰੱਖੀ ਕਿਸੇ ਨੂੰ ਵੀ ਨਾ ਬਾਰ ਖੋਲਨੀ ਕਿਸੇ ਦੀ ਗੱਲ ਚਾਹੁੰਦੀ ਲੋੜ ਨਹੀਂ ਅਗਲੇ ਨੂੰ ਕਹ ਦੇ ਭਾਈ ਨਾ ਮੇਰੀ ਮਾਂ ਕਰਿਆ ਨਾ ਮੇਰੀ ਭੂਆ ਕਿਸੇ ਨੂੰ ਬਾਰ ਨਾ ਖੋਲੀ ਉਹ ਤਾਂ ਕੋਈ ਨਹੀਂ ਭੂਆ ਮੈਂ ਕਹਿ ਦੂੰਗੀ ਤੁਸੀਂ ਰੁਕ ਜਾਓ 5 ਮਿੰਟ ਮੈਂ ਚਾਹ ਬਣਾ ਦੇਨੀ ਆ ਹੁਣੀ ਬਾਪੂ ਨੂੰ ਬਣਾ ਦੇ ਚਾਹ ਕੁੱਟ ਮੈਂ ਤੈਨੂੰ ਐ ਕਹਿੰਦੀ ਸੀ ਆਮਣ ਫਿਰ ਮੁੜੇ ਆਉਂਗੇ ਅਥਨੇ ਮੁੜ ਤਾਂ ਆਵਾਂਗੇ ਤੂੰ ਵੀ ਇੱਥੇ ਵਾੜਾ ਟਾਈਮ ਨਾ ਬੈਠੀ ਆ ਜੀ ਟਾਈਮ ਨਾ ਤੈਨੂੰ ਪਤਾ ਹੀ ਆਗਾ ਓਹੋ ਮੈਂ ਦੱਸ ਬੈਠ ਕੇ ਕੀ ਕਰਨਾ ਮੱਥਾ ਠੇਕ ਕੇ ਮੈਂ ਮੁੜੇ ਆਉਂਗਾ ਤੇ ਚਾਹ ਦੀ ਪੀ ਕੇ ਮੈਂ ਦਾ ਉ ਚਲ ਚੰਗਾ ਕਹਿ ਦੂੰਗੀ ਜਾ ਬਗਜੋ ਫਿਰ ਆ ਜਾਓ ਮੇ ਨਾਲ ਫੋਨ ਕਰਕੇ ਦੱਸਦੇ ਹੋ ਵੀ ਠੀਕ ਠਾਕ ਹੈ ਤੇਰੀ ਸੱਸ ਹਾਂ ਕੋਈ ਨਹੀਂ ਮੈਂ ਆ ਜੂੰਗੀ ਆ ਥਨੂ ਚੰਗਾ ਲੈ ਮੈਂ ਕੋਈ ਰੁਪਈਆ ਚੱਕ ਲਿਆ ਮੰਦਰ ਉਹ ਜੋੜਿਆ ਜਾਂ ਚਰੀਤਾ ਪਈ ਆਵਾ ਹੋਰ ਬਾਪੂ ਜੀ ਠੀਕ ਹੋ ਠੀਕ ਹੈ ਸੇਰਾ ਹੋ ਠੀਕ ਹੈ ਤੂੰ ਹਾਂ ਠੀਕ ਹੈ ਬਾਪੂ ਜੀ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਮੈਂ ਕਿਹਾ ਮੈਂ ਪਿੰਡ ਜਾ ਕੇ ਆਉਣਾ ਮੇਰੀ ਮਾਂ ਦਾ ਨਾ ਸ਼ੂਗਰ ਜਾ ਬਾਲਾ ਵਧਿਆ ਪਿਆ ਮੇਰੇ ਬਾਪੂ ਦਾ ਫੋਨ ਆਇਆ ਸੀ ਉਹਨੂੰ ਦਵਾਈ ਦਵਾ ਕੇ ਲਿਆਉਣੀ ਹੈ ਸ਼ੂਗਰ ਭਈ ਸਿਰਾ ਪਹਿਲਾਂ ਤਾਂ ਮੈਨੂੰ ਲੱਗਦਾ ਸ਼ਿਕਾਇਤ ਹੈ ਨਹੀਂ ਦੀ ਤੇਰੀ ਬੀਬੀ ਨੂੰ ਇਹ ਬਾਪੂ ਜੀ ਸ਼ੂਗਰ ਤਾਂ ਹੈਗਾ ਸੀਗਾ ਉਹਨਾਂ ਨੂੰ ਪਹਿਲਾਂ ਟਿਕਿਆ ਪਿਆ ਸੀਗਾ ਪਿੰਡ ਵਾਲੇ ਡਾਕਟਰ ਤੋਂ ਚੈੱਕ ਕਰਾਇਆ ਕੋਈ ਬੀਪੀ ਬੂਪੀ ਵੱਧ ਗਿਆ ਹੋਣਾਗਾ ਉਹ ਕਹਿੰਦਾ ਭਈ ਸ਼ੂਗਰ ਦੀ ਸ਼ਿਕਾਇਤ ਹੋਈ ਪਈ ਆ ਉਹਨੇ ਚੈੱਕ ਕਰਾਇਆ ਹੋਣਾ ਕੋਈ ਪਤਾ ਨਹੀਂ ਲੱਗਦਾ ਗੋਲੀਆਂ ਗਾਲੀਆਂ ਦਾ ਵੀ ਹਾਂ ਕੋਈ ਮਿੱਠਾ ਮੁੱਠਾ ਖਾਦਾ ਜਾਂਦਾ ਹੈ ਹਾਂ ਮੈਂ ਵੀ ਸੋਣਾ ਤੇ ਕਹਿੰਦੇ ਗੋਲੀਆਂ ਗੋਲੀਆਂ ਵੀ ਵਧਾਵ ਘਟਾ ਦਿੰਦੀਆਂ ਹਾਂ ਹਾਂ ਜੀ ਹਾਂ ਸ਼ੂਗਰ ਫਿਰ ਤੁਹਾਨੂੰ ਪਤਾ ਉਹਦੀ ਬੀਪੀ ਦਵਾਈ ਤਾਂ ਪਹਿਲੇ ਦਿਨੋਂ ਹੀ ਚੱਲਦੀ ਐ ਮੈਨੂੰ ਐ ਲੱਗਦਾ ਵੀ ਸ਼ੂਗਰ ਇਸੇ ਨਾਲ ਹੀ ਵਧ ਗਿਆ ਹੋ ਸਕਦਾ ਸ਼ਾਇਦ ਆਪਾਂ ਤਾਂ ਕੀ ਪਤਾ ਇਹ ਤਾਂ ਭਾਈ ਡਾਕਟਰ ਜਾਣਦੇ ਨੇ ਹਾਂ ਜੀ ਸਹੀ ਗੱਲ ਐ ਆਪਾਂ ਤਾਂ ਕੀ ਪਤਾ ਜੇ ਪਤਾ ਹੋਵੇ ਫਿਰ ਤਾਂ ਕਾਦੀਆਂ ਗੱਲਾਂ ਨਹੀਂ ਉਹਨੇ ਗੱਲ ਨਹੀਂ ਸੁਣੀ ਹੈਗੀ ਨਹੀਂ ਤਾਂ ਮੈਨੂੰ ਜਾਣ ਦੀ ਲੋੜ ਹੀ ਨਹੀਂ ਸੀਗੀ ਬਾਈ ਆਇਆ ਨਹੀਂ ਉਹਨੇ ਬਾਪੂ ਨੇ ਕਿਹਾ ਹੋਣਾ ਉਹਨੂੰ ਵੀ ਤੂੰ ਆ ਜਾ ਭਾਈ ਤੇ ਉਹ ਗਿਆ ਨਹੀਂ ਹੈਗਾ ਕਹ ਤੂੰ ਪੈਸਾ ਦਾ ਕਾ ਲੈ ਜਾਂਦਾ ਸੇਰਾ ਕੋਈ ਨਾ ਨਾ ਬਾਪੂ ਜੀ ਪੈਸੇ ਤਾਂ ਮੇਰੇ ਕੋਲੇ ਹੈਗੇ ਨੇ ਪੈਸੇ ਹੀ ਤਾਂ ਲੋੜ ਨਹੀਂ ਹੈਗੀ ਬਸ ਮੈਂ ਤਾਂ ਤੁਹਾਨੂੰ ਐਂ ਦੱਸਦਾ ਸੀਗਾ ਭੈਣ ਜਾ ਕੇ ਆਊਗੀ ਉੱਥੇ ਮੱਗਰ ਕੇ ਅਜਿਹਾ ਖੰਡ ਪਾੜ ਦਾ ਭੋਗ ਪਾਣਾ ਹੈਗਾ ਮੱਗਰ ਕੇ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੱਗਰ ਕਿਹੜੇ ਵੇਲੇ ਕਹਿ ਕੇ ਭਾਈ ਮੱਗਰ ਕੇ ਆਪਣੇ ਉਹ ਬਾਪੂ ਜੀ ਕਹਿ ਕੇ ਗਿਆ ਸੀਗਾ ਤੁਹਾਡੇ ਉਹੀ ਨਹੀਂ ਧਿਆਨ ਚ ਹੋਣਾ ਤੇ ਤੁਸੀਂ ਜੇ ਦੇਖ ਲਿਓ ਜੇ ਜਾਣਾ ਤਾਂ ਫਿਰ ਬਜਾਇਆਇਓ ਹੈ ਚਾਰਤਾ ਮੱਗਰ ਨਾਲ ਮੇਰਾ ਚੰਗਾ ਹੈ ਹਾਂ ਤੇ ਵੀ ਫਿਰ ਹੁਣ ਆਇਆ ਵੀ ਤੁਰਿਆ ਨਹੀਂ ਫਿਰਿਆ ਨਹੀਂ ਜਾਂਦਾ ਹਾਂ ਨਾ ਕੁਛ ਭਾਈ ਖਾਦਾ ਜਾਂਦਾ ਅਗਲਾ ਕਹਿੰਦਾ ਰੋਟੀ ਖਾ ਕੇ ਸਹੀ ਗੱਲ ਹੈ ਹਾਂ ਹਾਂ ਫਿਰ ਫਾਇਦਾ ਵੀ ਕਹਦਾ ਜੇ ਆਪਾਂ ਜਾ ਕੇ ਹੀ ਮਿਲਾਈਏ ਹਾਂ ਨਾਲੇ ਸੋਥੋਂ ਬੈਠਿਆ ਨਹੀਂ ਜਾਂਦਾ ਹੈਗਾ ਮੈਂ ਤਾਂ ਤੁਹਾਨੂੰ ਤਾਂ ਹੀ ਨਹੀਂ ਕਿਹਾ ਹੈਗਾ ਜੇ ਮੈਂ ਹੁੰਦਾ ਫਿਰ ਤਾਂ ਮੈਂ ਤੁਹਾਨੂੰ ਲੈ ਵੀ ਜਾਂਦਾ ਚਲੋ ਫਿਰ ਤਾਂ ਤੂੰ ਆਪਣੇ ਸਕੂਟਰ 'ਤੇ ਲੈ ਜਾਂਦਾ ਹੈ ਫਿਰ ਤਾਂ ਮਗਰ ਬੈ ਕੇ ਮੈਂ ਭੱਗ ਜਾਂਦਾ ਹਾਂ ਚਲੋ ਜੇ ਕੋਈ ਚੀਜ਼ ਲਿਆਉਣੀ ਹੈ ਤਾਂ ਫਿਰ ਮੈਨੂੰ ਫੋਨ ਕਰ ਦਿਓ ਤੁਸੀਂ ਹਾਂ ਮੈਂ ਕਰਾ ਦੂੰਗਾ ਕੋਈ ਨਹੀਂ ਹਾਂ ਆਪਣੇ ਜੀਤੇ ਤੋਂ ਕਰਾ ਦੂੰਗਾ ਨਹੀਂ ਭਾਈ ਚਬਾਕ ਆਈਗੇ ਨੇ ਠੀਕ ਆ ਖਿਆਲ ਰੱਖਿਓ ਚੰਗਾ ਫਿਰ ਮੈਂ ਮੁੜੇ ਹਾਂ ਚੰਗਾ ਕੋਈ ਗੱਲ ਨਹੀਂ ਬੇਸਚ ਹੋ ਕੇ ਜਾ ਤੂੰ ਹਾਂ ਚੰਗਾ ਜੀ ਫਿਰ ਹਾਂ ਚੰਗਾ ਠੀਕ ਆ ਪਾ ਜੀ ਲੱਗਦਾ ਦਵਾਈਆਂ ਦਾ ਭਾਈ ਇਧਰੋਂ ਬਿਮਾਰੀਆਂ ਕਿਧਰੋਂ ਕੀ ਹੋ ਜਾਏ ਕੁਝ ਨਹੀਂ ਪਤਾ ਲੱਗਦਾ ਰਾਬਰਕਾ ਹੈ ਆ ਦੇਖ ਲੈ ਤਿਆਰ ਹੋਈ ਜਾਂਦੇ ਨੇ ਕੇਰਾ ਵੀ ਨਹੀਂ ਪੁੱਛਿਆ ਮੈਨੂੰ ਲੱਗਦਾ ਪੇਕਿਆਂ ਨੂੰ ਤੁਰਦੀ ਹੈਗੀ ਅੱਜ ਉਹ ਲੈ ਜਵਾਖਾਂ ਦਾ ਵਿਆਹ ਹੋਇਆ ਚਾਹ ਹੁੰਦੀ ਹੈ ਫੇਰ ਕੀ ਹੁੰਦਾ ਜਾਇਆ ਉਹਨਦੇ ਹੋਰ ਵਿਆਹ ਹੋਇਆ ਇਹਨਾਂ ਦਾ ਜਿੱਗਿਆਂ ਦਾ ਲੈਦਾ ਵਿਆਹ ਹੋਇਆ ਚਾਰ ਦਿਨ ਤਾਂ ਵਿਆਹੀ ਨੂੰ ਹੋਏ ਨੇ ਪੁੱਛਦਾ ਲੈਂਦੀ ਬਾਗ ਤਾਂ ਜਾਂਦੇ ਜਾਣ ਨੂੰ ਤਾਂ ਮੈਂ ਜਮਾਨੀ ਨਾ ਕਰਦੀ ਸੀ ਪਰ ਕਿਹਰਾ ਪੁੱਛਣ ਦਾ ਤਾਂ ਹੱਕ ਬਣਦਾ ਸੀ ਉਹ ਨਾ ਪੁੱਛਦੀ ਮੁੰਡਾ ਪੁੱਛ ਲੈਂਦਾ ਓਏ ਐਦੂ ਪਹਿਲਾਂ ਕਿਹੜਾ ਡਾ ਟੱਪ ਗਏ ਘਰੀ ਨੇ ਹਜੇ ਪੁੱਛ ਕੀ ਜਾਣਗੇ ਤੂੰ ਉਹੀ ਗੱਲਾਂ ਤੇ ਆ ਗਈ ਦੇਖ ਲੈ ਗੱਲ ਪੁੱਛ ਕੇ ਆਈ ਨਹੀਂ ਗੱਲ ਇਹ ਹੁੰਦੀ ਵੀ ਪਹਿਲਾਂ ਵੱਡੇ ਬੰਦੇ ਨੂੰ ਪੁੱਛਣ ਦਾ ਹੱਕ ਹੁੰਦਾ ਫੇਰ ਤਿਆਰ ਹੋਈਦਾ ਹੈ ਹਾਂ ਉਹ ਤਿਆਰ ਹੋਈ ਜਾਂਦੇ ਨੇ ਦੋਨੇ ਮੈਂ ਕੋਲ ਦੀ ਲੰਗ ਕੇ ਆ ਗਈ ਮੈਨੂੰ ਕਿਹਰਾ ਵੀ ਨਹੀਂ ਕਿਹਾ ਵੀ ਮਾਂ ਅਸੀਂ ਜਾਣੇ ਆ ਬਗ ਜੀਏ ਇੱਕ ਨਾ ਤੇ ਮੈਨੂੰ ਤਾਂ ਲੱਗਦੀ ਹੈ ਉਹੀ ਗੱਲ ਜਿਵੇਂ ਆਦੇ ਹੁੰਦੇ ਨੇ ਕਿ ਮੁੰਡਾ ਬਿਆਹ ਤੇ ਹੱਥੋਂ ਗਿਆ ਇਤਾ ਗਿਆ ਹੱਥੋਂ ਹਾਂ ਤੂੰ ਟਲ ਜਾ ਤੂੰ ਉਹੀ ਗੱਲਾਂ ਤੇ ਆ ਗਈ ਹੁਣ ਮੇਰੀ ਗੱਲ ਸੁਣ ਲੈ ਤੂੰ ਨੂੰ ਨਾ ਕੱਟ ਕੇ ਲੋਕਾਂ ਨੂੰ ਦਿਖਾ ਉਹ ਕੰਮ ਨਾ ਹੋਵੇ ਕਿਤੇ ਇੱਥੇ ਰੋਜ ਗੁੱਤਮ ਗੁੱਤੀ ਹੋਈ ਜਾऊं ਗੁੱਤਮ ਗੁੱਤੀ ਵਾਲਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇਹ ਚਕਚੁੰਦਰ ਜੀ ਤੇਜ ਲੱਗਦੀ ਏ ਇਸੇ ਨੇ ਕਿਹਾ ਹੋਣਾ ਵੀ ਪੁੱਛੀ ਨਾ ਵੀ ਆਪਾਂ ਤਾਂ ਐਂ ਚੱਲਾਂਗੇ ਬਿਨਾਂ ਪੁੱਛੇ ਹੀ ਲੈ ਕਰ ਲੈ ਗੱਲ ਹਜੇ ਉਹਨੂੰ ਵਿਚਾਰੀ ਨੂੰ 4 ਦਿਨ ਤਾਂ ਆਈ ਨੂੰ ਹੋਏ ਨੇ ਇਦੋਂ ਪਹਿਲਾਂ ਤੈਨੂੰ ਤੇਜ ਦਾ ਵੀ ਪਤਾ ਲੱਗ ਗਿਆ ਤੇਜ ਦਾ ਤਾਂ ਪਤਾ ਲੱਗ ਹੀ ਜਾਂਦਾ ਸਰਦਾਰ ਜੀ ਬੰਦੇ ਦਾ ਤਾਂ ਇੱਕ ਦਿਨ ਚ ਹੀ ਪਤਾ ਲੱਗ ਜਾਂਦਾ ਉਹਨਾਂ ਤਾਂ 4-5 ਦਿਨ ਹੋ ਗਏ ਆਈ ਨੂੰ ਉਹ ਬਸ ਰਹਿਣ ਦੇ ਤੂੰ ਚੁੱਪ ਕਰ ਚੰਗਾ ਤੁਰੇ ਆਉਂਦੇ ਨੇ ਰਣ ਤਾਂ ਬਾਪੂ ਠੀਕ ਆ ਭਾਈ ਕਿਵੇਂ ਚੁੱਪ ਜੇ ਕਰਿਆ ਬੈਠਾ ਉਹ ਬਸ ਉਹ ਹੀ ਅਸੀਂ ਤੱਕ ਪੀਲਦਾਰੀ ਦੀਆਂ ਗੱਲਾਂ ਜੇ ਕਰਦੇ ਸੀਰਾ ਅੱਛਾ ਬੀਬੀ ਉਹ ਇਹਨੇ ਹਰਪ੍ਰੀਤ ਨੇ ਪਿੰਡ ਮਿਲ ਕੇ ਆਉਣਾਗਾ ਤੇ ਅਸੀਂ ਜਾ ਕੇ ਆਉਂਦੇ ਸੀਗੇ ਮੜਾ ਜਾ ਅੱਛਾ ਹਾਂ ਹਲੇ ਕਾਨੂੰ ਪੁੱਛਣਾ ਸੀਗਾ ਪਿੰਡ ਜਾ ਕੇ ਫੋਨ ਕਰ ਦਿੰਦੇ ਬੀਬੀ ਨੂੰ ਹਲ ਤਾਂ ਲੋੜ ਹੀ ਨਹੀਂ ਸੀ ਪੁੱਛਣ ਦੀ। ਉਹ ਬੀਬੀ ਰਾਤ ਪਹੁੰਦਾ ਪਹੁੰਦਾ ਰਹਿ ਗਿਆ। ਰਾਤ ਤੂੰ ਬਾਪੂ ਨਾਲ ਲੜ ਪਈ। ਮਖਾ ਹੁਣ ਚੱਲ ਬੀਬੀ ਦਾ ਬਲੱਡ ਵਧਿਆ ਤੜਕੀ ਗੱਲ ਕਰੂੰਗਾ। ਤੜਕੇ ਉੱਠਣਸਾਰ ਤੂੰ ਆਉ ਦੇ ਕੰਮ ਧੰਦੇ ਲੱਗ ਗਈ। ਤੜਕੇ ਦੀ ਮੇਰੇ ਕੋਲ ਖੜੀ ਕਦੋਂ ਆ ਤੂੰ? ਬਲੱਡ ਵਧੇ ਨਾ ਟਮਾਟਾ ਮਾਰਨ ਲੱਗ ਰਹੀ ਸੀ ਛੋਡੇ। ਬੀਬੀ ਟਾਂ ਵਾਲੀ ਕੰਮ ਹੁੰਦਾ। ਮੈਂ ਤਾਂ ਤੁਹਾਨੂੰ ਐਂ ਕਹਿਨੀ ਆ ਵੀ ਜੇ ਚੱਲ ਤੁਹਾਨੂੰ ਕੋਈ ਤਰਾਜ ਹੈਗਾ ਫਿਰ ਅਸੀਂ ਸ਼ਾਮ ਨੂੰ ਭੱਜ ਜਾਗੇ। ਨਹੀਂ ਕੱਲ ਨੂੰ ਸਵੇਰੇ ਜਾ ਆਵਾਂਗੇ। ਤਰਾਜ ਤਾਂ ਇਹ ਤਰਾਜ ਕੀ ਹੈ ਜਾਣੀ ਹੈ ਸੁੱਖ ਨਾਲ ਭਾਈ ਜਾਣਾ ਆਉਣਾ ਤਾਂ ਬਣਈ ਹੈ ਜਾਓ ਤੁਸੀਂ ਗੱਲ ਕਰ ਇੰਨਾ ਕ ਧਿਆਨ ਰੱਖਿਆ ਕਰੋ ਛੇਰਾ ਇੱਕ ਦਿਨ ਪਹਿਲਾਂ ਪੁੱਛ ਲਿਆ ਕਰੋ ਤੇਰੀ ਮਾਂ ਨੂੰ ਆਹੋ ਭਾਈ ਜਦੋਂ ਦੇਖ ਹੁਣ ਤਿਆਰ ਹੋਗੀ ਹੁਣ ਤਾਂ ਜਾਇਆ ਭੱਗ ਜਾਓ ਟਾਈਮ ਨਾਲ ਮੁੜ ਆਉਂਗੇ ਪਰ ਹੱਕ ਬਣਦਾ ਵੱਡੇ ਬੰਦੇ ਨੂੰ ਪੁੱਛਣ ਦਾ ਐਨੇ ਨਾਲ ਉਹਦਾ ਮਾਣ ਵਧ ਜਾਂਦਾ ਵੀ ਹਾਂ ਮੇਰੇ ਨੂੰ ਪੁੱਤ ਨੇ ਮੈਨੂੰ ਪੁੱਛ ਲਿਆ ਚਲ ਤੂੰ ਨਹੀਂ ਸੀ ਪੁੱਛਿਆ ਤੂੰ सांगਦੀ ਸੀ ਇਹ ਤਾਂ ਕੰਜਰ ਪੁੱਛ ਸਕਦਾ ਸੀ ਬੀਬੀ ਮੈਨੂੰ ਆਈ ਸੀ ਵੀ ਤੁਹਾਡੇ ਪੁੱਤ ਨੇ ਤੁਹਾਨੂੰ ਪੁੱਛ ਲਿਆ ਹੁਣ ਮੇ ਤਾਂ ਕੱਖ ਨਹੀਂ ਤੁਹਾਨੂੰ ਪੁੱਛਿਆ ਕਾਹ ਨੂੰ ਵੀਰ ਹੁਣ ਪੁੱਤ ਵੀ ਉਤਲੀ ਹਵਾ ਚ ਹੋ ਗਿਆ ਹੁਣ ਮਾਪਿਓ ਨਹੀਂ ਦੀਂਦੇ ਇਹਨੂੰ ਉਹ ਬੀਬੀ ਇਹੇ ਜੀ ਕੋਈ ਗੱਲ ਨਹੀਂ ਹੈਗੀ ਕਾਹਦਾ ਮੈਂ ਉਤਲੀ ਹਵਾ ਚ ਹੋ ਗਿਆ ਹੈ ਓਏ ਹੁਣ ਚਲ ਆਇਆ ਹੁੰਦਾ ਵੀ ਸਹੁਰੇ ਤਾਂ ਜਾ ਕੇ ਆਉਣਾਗਾ ਹੁਣ ਮਿਲ ਕੇ ਤਾਂ ਮਲਾ ਕੇ ਤਾਂ ਲੈ ਕੇ ਆਉਣਾ ਉਹਨੂੰ ਕਿੰਨੇ ਦਿਨ ਹੋ ਗਏ ਨਾਲੇ ਮੇਰੀ ਗੱਲ ਸੁਣ ਪਾਈ ਮੋੜਿਆ ਐ ਵਾਥਣੋਂ ਦੋ ਘੰਟਿਆਂ ਚ ਵਗਜੋ ਬੀਬੀ ਹੁਣ ਜਾਵਾਂਗੇ ਤਾਂ ਹੈਗੇ ਗਾਏ ਗਵਾਏ ਇੱਕ ਦੋ ਦਿਨ ਲਾ ਆਵਾਂਗੇ ਅਸੀਂ ਰੋਜ਼ ਰੋਜ਼ ਕਿਹੜਾ ਨਿਕੜਾ ਜਾਂਦਾ ਫਿਰ ਘਰੋਂ ਉਨੇ ਨਹੀਂ ਯਾਰ ਪ੍ਰੀਤ ਮੇਰੀ ਗੱਲ ਸੁਣ ਜਿਵੇਂ ਬੀਬੀ ਕਹਿੰਦੀ ਆ ਆਪਾਂ ਉਵੇਂ ਹੀ ਕਰਾਂਗੇ ਆਪਾਂ ਮੁੜ ਆਵਾਂਗੇ 2-3 4 ਘੰਟੇ ਤੱਕ ਗੱਲ 2 ਦਿਨ ਦੀ ਨਹੀਂ ਵੀਰ ਦੇਖ ਮੇਰੀ ਗੱਲ ਸੁਣਾ 4 ਦਿਨ ਤੈਨੂੰ ਆਈ ਨੂੰ ਹੋਏ ਨੇ ਹਲੇ ਤਾਂ ਆਪਣਾ ਗਲੀ ਗਮਾਂਡ ਸਾਰਾ ਆਇਆ ਵੀ ਨਹੀਂ ਸਕਨ ਸਲਾਮੀ ਦੇਣ ਹੈ ਬੁੜੀਆਂ ਆਉਣੀਆਂ ਹੀ ਆ ਮੈਂ ਕੀ ਕਹੂੰਗੀ ਵਿਭਗ ਵੀ ਗਈ ਹਲੇ ਤਾਂ ਤੂੰ ਮੁੜਿਆ ਫੇਰ ਕੀ ਹੋ ਗਿਆ ਗਾਂਹ ਦਾਈ ਦੇ ਹੱਥ ਲਾ ਕੇ ਆਉਣਾ ਜਾਇਆ ਉਹਨ ਤੇ ਚਵਾਖਾ ਨੂੰ ਵੇ ਫੇਰ ਮਹੀਨੇ ਵੀ ਦਿਨ ਚ ਕਿਹੜਾ ਉਰੇ ਰਹਿ ਜਾਣ ਦੇ ਕਿਹੜਾ ਮੇਲੇ ਆਉਣਗੇ ਫੇਰ 5 10 ਦਿਨਾਂ ਨੂੰ ਫੇਰ ਵਗ ਜਾਣਗੇ ਫੇਰ ਲਾਇਆਊਗੀ ਦੋ ਦਿਨ ਆਹੀ ਨੇ ਚਾਰ ਦਿਨਾਂ ਜਾਣ ਆਉਣ ਦੇ ਮੁੜ ਕੇ ساری ਉਮਰ ਇਹਨੇ ਵਿਚਾਰੀ ਨੇ ਕਿੱਥੇ ਜਾਣਾ ਹੈ ਗਾਹਾਂ ਕਿਹੜਾ ਨਰਮੇ ਦੀ ਬਾਰੀ ਚਲਦੀ ਏ ਤੇਰੀ ਚਲ ਹੁਣ ਦੱਸ ਦੇ ਹੁਣ ਜਾਇਆ ਹੀ ਏ ਵਗ ਜਾ ਪਾਈ ਫੇਰ ਹੁਣ ਹੁਣ ਕਿਹੜਾ ਮਾਂ ਨੇ ਤੁਹਾਨੂੰ ਗੁੱਠਾ ਲਾ ਕੇ ਦੇਣਾਗਾ ਫੇਰ ਕਿਹੜਾ ਸਟਾਮ ਲਿਖ ਕੇ ਦੇ ਦਾਂ ਦੀ ਤੂੰ ਜੇ ਕੱਲ ਤੁਹਾਨੂੰ ਪੁੱਛ ਲਾਂਦੇ ਕੱਲ ਨੂੰ ਕੱਲ ਵੀ ਤੂੰ ਐ ਹੀ ਕਹਿ ਦਾਂਦੀ ਤੇ ਹੱਥੋਂ ਨੂੰ ਮੁੜ ਆਇਓ ਆਦਰਮਾਨ ਹੁੰਦਾ ਵੀਰ ਉਹ ਸਟਾਮ ਲਿਖਣ ਦੀ ਗੱਲ ਨਹੀਂ ਹੁੰਦੀ ਤੈਨੂੰ ਵੀ ਪਤਾ ਹੁਣ ਪਾਣੀ ਧਾਣੀ ਦਾ ਟਾਈਮ ਐ ਚੱਲ ਤੜਕੇ ਸੁਨੇਹਾ ਆ ਜੀ ਮੇਰਾ ਸਿਰ ਉਹ ਬਾਪੂ ਪਹਿਲੀ ਗੱਲ ਦਾ ਮੈਂ ਉੱਥੇ ਰਹਿੰਦੀ ਨਹੀਂ ਹੈਗਾ ਮੈਂ ਤਾਂ ਹੱਥੋਂ ਨਹੀਂ ਮੁੜ ਕੇ ਆਉਂਗਾ ਚੱਲ ਜੇ ਮੈਨੂੰ ਉੱਥੇ ਰਹਿਣਾ ਵੀ ਪਿਆ ਬਾਹਲਾ ਜ਼ੋਰ ਪਾਉਣ ਲੱਗੇ ਫਿਰ ਤੂੰ ਐ ਕਰੀ ਪਾਣੀ ਤੂੰ ਲਿਆਈ ਓ ਲੈ ਇੱਕ ਦਿਨ ਨਾਲ ਫਿਰ ਕਿਹੜਾ ਸੁੱਕਦੀ ਐ ਉੱਥੇ ਕਿਹੜਾ ਪਈ ਤਾਂ ਘਰ ਪਾਉਣਾ ਜਾ ਕੇ ਕੱਲ ਨੂੰ ਆ ਜਾਓਗੇ ਤੁਸੀਂ ਓ ਬੱਸ ਫਿਰ ਤੂੰ ਐ ਕਹਿੰਨਾ ਵੀ ਤੇਰੇ ਮੋਢੇ ਤੇ ਧਰਕੀ ਚਲਾਉਣੀ ਆ ਵੀ ਮੈਂ ਤਾਂ ਕੋਈ ਕੰਮ ਕਰਨਾ ਨਹੀਂ ਹੈਗਾ ਹੁਣ ਤੂੰ ਕਹੇਗਾ ਬਾਪੂ ਕਹਿੰਦਾ ਤੜਕੇ ਦਾ ਆਲ ਮਟੋਲੇ ਲਾਉਂਦਾ ਕਿ ਦੇ ਐ ਟੱਪ ਗਿਆ ਕਿ ਦੇ ਐ ਟੱਪ ਗਿਆ ਹੁਣ ਨੂੰ ਤਾਂ ਭਾਈ ਦੋ ਦਿਨਾਂ ਦੇ ਕੱਖ ਵੱਟ ਕੇ ਸਿੱਟ ਜਾਂਦਾ ਤੂੰ ਮੇਰੀ ਗੱਲ ਸੁਣ ਤੂੰ ਅੱਜ ਤੱਕ ਸਾਡੇ ਘਰ ਦਾ ਸਮਾਰਿਆ ਕੀ ਹੈ ਮੈਨੂੰ ਇੱਕ ਗੱਲ ਦੱਸ ਪਹਿਲਾਂ ਲੈ ਕਰ ਲਉ ਗੱਲ ਤੈਨੂੰ ਜਿਹੜੇ ਵੀ ਬੀਬੀ ਕੰਮਾਂ ਭੇਜਦੀ ਸੀ ਹਰੇਕ ਕੰਮ ਦੇ ਵਿੱਚ ਨੰਨਾ ਹੁੰਦਾ ਸੀ ਪਹਿਲਾਂ ਤੇਰਾ ਉਹ ਫਿਰ ਬੀਬੀ ਚਲਾਉਂਦੀ ਸੀ ਨਾ ਆਪਦੀਆਂ ਤਾਂ ਹੀ ਨੰਨੇ ਹੁੰਦੇ ਸੀ ਜੇ ਬਾਪੂ ਦੇ ਚੱਲਣ ਦਿੰਦੇ ਆ ਗੱਲਾਂ ਕਾਹਨੂੰ ਹੁੰਦੀਆਂ ਆ ਫਿਰ ਬੀਬੀ ਤੇ ਹੁਣ ਵੀ ਚਲਦੀ ਆ ਹੁਣ ਕਿਹੜਾ ਚਲਦੀ ਨਹੀਂ ਬੀਬੀ ਦੀ ਚੱਲ ਮਾਲਾ ਨਾ ਪਾੜਦਾ ਮੈਂਬਰ ਹੁੰਦਾ ਕਰਦਾ ਮੈਂਬਰ ਕਹਿੰਦਾ ਹੀ ਹੁੰਦਾ ਵਾ ਫਿਰ ਜਾਈਏ ਸੀ ਹਾਂ ਹਾਂ ਵਗ ਜਾ ਚੱਲ ਆਇਆ ਫਿਰ ਹਰਪ੍ਰੀਤ ਟਾਈਮ ਨਾਲ ਮੁੜ ਕੇ ਆ ਗਿਆ ਜਾ ਵਗ ਜਾ ਇੰਨਾ ਨਹੀਂ ਬੋਲਦੇ ਹੁੰਦੇ ਠੀਕ ਹੈ ਬੀ ਚੰਗਾ ਮੁੜ ਆਇਓ ਫਿਰ ਪਈਠਾ ਜਾਓ ਸੇਰਾ ਜਾਓ ਨਾ ਅਕਲ ਨਾਲ ਬੋਲਦਾ ਜਏ ਵੱਡੇ ਨੂੰ ਵੀ ਬਗਾਨੀ ਤੀਤਾ ਕੋਲੇ ਖੜੀ ਹੈਗੀ ਉਹੀ ਲੱਗ ਜੂਗਾ ਪੰਕਣ ਜਮਈ ਨਹੀਂ ਇਹਨੂੰ ਤਾਂ ਤੇਲੇ ਦੀ ਅਕਲ ਨਹੀਂ ਹੈਗੀ ਕਲਨਗਰੀ ਨਾਲੇ ਤਾਂ ਤੋਰੇ ਨਾਲੇ ਨਾ ਤੋਰਿਆਂ ਵਰਗੇ ਕਰਤੇ ਨਹੀਂ ਪਿਆਰ ਨਾਲ ਤੋਰ ਦਿੰਦੀ ਨਾਲੇ ਤੇਰੀ ਰਹਿ ਜਾਂਦੀ ਨਾਲੇ ਮੇਰੀ ਰਹਿ ਜਾਂਦੀ ਕੋਈ ਫਰਕ ਲੱਗੀ ਪਾਉਣਾ ਗੱਲ ਪਿਆਰ ਦੀ ਨਹੀਂ ਹੈਗੀ ਸਮਝਦਾ ਨਹੀਂ ਤੂੰ ਗੱਲ ਨੂੰ ਹੁਣ ਅੱਜ ਕੰਡ ਝਾੜ ਕਰੀਏ ਸਵੇਰੇ ਪੁੱਛ ਕੇ ਜਾਣਗੇ ਜੇ ਅੱਜ ਮੈਂ ਪਿਆਰ ਨਾਲ ਤੋਰ ਦਿੰਦੀ ਕੱਲ ਨੂੰ ਤਾਂ ਸ਼ਹਿਰ ਬਜਾਰੇ ਤੁਰ ਹੀ ਫਿਰਦੇ ਰਹਿੰਦੇ ਇਹਨਾਂ ਨੂੰ ਤਾਂ ਪੁੱਛਣਾ ਹੀ ਨਹੀਂ ਸੀ ਓਏ ਤੂੰ ਰਹਿਣ ਦੇ ਤੈਨੂੰ ਐ ساری ਉਮਰ ਮੇਰੀ ਡੰਡਾ ਚੱਲੇ ਪਹਿਲਾਂ ਇਹਦੇ ਚਲਾਈ ਗਿਆ ਹੁਣ ਨੂਨ ਦੀ ਚਲਾਈ ਜਾਵਾਂ ਉਹ ਮੈਨੂੰ ਤੇਰੇ ਨਾਲੋਂ ਤੇਜ ਲੱਗਦੀ ਆ ਕਿਤੇ ਉਹ ਨਾ ਹੋਵੇ ਕਿਤੇ ਤੈਨੂੰ ਕੁੜੀਸੀ ਫਰੇ ਉਹ ਚੱਲ ਕੋਈ ਨਾ ਜਿੰਨਾ ਕ ਤੇ ਡੰਡਾ ਚੱਲਦਾ ਉਹਨਾਂ ਕ ਚੱਤਾ ਚਲਾਵਾਂਗੇ ਸਰਦਾਰ ਜੀ ਹਲੇ ਤਾਂ ਹੈਗੇ ਆ ਇਨ ਇੱਕ ਜੋਕਰੇ ਤਾਂ ਮੋਢੇ ਤੋਂ ਤਿਲਕਤਾ ਜਾਵੇ ਸਤਾਰੰਭ ਲੱਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਹਰਜੀਤ ਹਾਂ ਮਾਂ ਕੀ ਕਰੀ ਜਾਂਣਾ ਕੁਛ ਨਹੀਂ ਮਾਂ ਸੰਨੀ ਜੀਰ ਲਾ ਕੇ ਹਟਾਂਗਾ ਸੰਨੀ ਅਸੀਂ ਆਪੇ ਰਲਾ ਦਿੰਦੀ ਆ ਤੂੰ ਹੋਰ ਕੋਈ ਕੰਮ ਕਰ ਲੈਂਦਾ ਮਾਂ ਮੈਨੂੰ ਅਸੀਂ ਮੈਂ ਖੇਤ ਜਾਊਂਗਾ ਫਿਰ ਤੁਸੀਂ ਔਖੇ ਹੋਵੋਗੇ ਚਲ ਵਾਥਨੇ ਪਸ਼ੂ ਬੰਦੋਂਗੇ ਮੇਰੀ ਗੱਲ ਸੁਣ ਹਰਜੀਤ ਤੇਰੀ ਭੂਹਾਰੀ ਤਾਂ ਗਏ ਨੇ ਪਿੰਡ ਤੇ ਮੈਂ ਜਾਂਦੀ ਸੀ ਉਧਰ ਮੱਗਰ ਕੇ ਘਰੇ ਕੋਈ ਹੈ ਨਹੀਂ ਤੈਨੂੰ ਪਤਾ ਬਹੂ ਕਹੜਾ ਕਿਸੇ ਨੂੰ ਜਾਣਦੀ ਐ ਕਈ ਵਾਰ ਘਰੇ ਕੋਈ ਆ ਜਾਂਦਾ ਤੂੰ ਘਰੇ ਰਹਿ ਜਾ ਪੱਤ ਬਣ ਕੇ ਮਾਂ ਬਾਪੂ ਬੈਠਾਗਾ ਕਿੱਡੀ ਗੱਲ ਲੱਗੀ ਬਾਪੂ ਤੇਰਾ ਉਹ ਪਰਲੇ Pase ਬੈਠਾ ਰਹਿੰਦਾ ਉਹਨੂੰ ਕੀ ਪਤਾ ਘਰੇ ਕੌਣ ਆਉਂਦਾ ਕੌਣ ਨਹੀਂ ਆਉਂਦਾ ਹੈਗਾ ਫਿਰ ਤੂੰ ਨਾ ਜਾ ਮੱਗਰ ਕੇ ਤੈਨੂੰ ਪਤਾ ਨਹੀਂ ਖੇਤ ਬੁੜੀਆਂ ਹਰਾ ਜਰਾ ਵੱਢ ਕੇ ਲੈ ਜਾਂਦੀਆਂ ਨੇ ਅੱਛਾ ਮੈਂ ਨਾ ਜਾਵਾਂ ਕੀ ਗੱਲ ਤੇਰੇ ਵਿਆਹ ਵੇਲੇ ਦੇਖ ਲੈ ਬਿਨਾ ਬੁਲਾਏ ਅਗਲੀਆਂ ਆ ਜਾਂਦੀਆਂ ਸੀ ਹੁਣ ਅਗਲੀਆਂ ਆਇਆ ਕਹਿਣਗੇ ਵੀ ਰੋਟੀ ਪਕਾਉਣ ਦੀ ਮਾਰੀ ਘਰੋਂ ਹੀ ਨਹੀਂ ਨਿਕਲਦੀ ਹੈਗੀ ਜਾਣਾਂ ਤਾਂ ਭਾਈ ਪਾਊਗਾ ਕੀ ਕਰੀਏ ਸਰੀਕਾ ਕਬੀਲ ਲੈਗਾ ਚਲ ਕੋਈ ਨਾ ਬਗ ਜੀ ਫਿਰ ਦੱਸ ਕੇ ਨਹੀਂਗੇ ਪੂਆ ਵਰਗੀਆਂ ਵੀ ਹੱਥ ਨੂੰ ਮੁੰਨਗੇ ਕੇ ਲਾ ਕੇ ਉਹਨਾਂ ਘਰਾ ਤਾਂ ਮੇਰੀ ਗੱਲ ਸੁਣ ਲੈ ਜੇ ਤਾਂ ਮਾਸੀ ਠੀਕ ਹੋਈ ਤਾਂ ਆ ਜਾਣਗੇ ਹੱਥਾਂ ਨੂੰ ਤੇ ਜੇ ਮਾੜੀ ਮੋਟੀ ਢਿੱਲੀ ਮਿੱਸੀ ਜਿਆਦੀ ਹੋਈ ਕੋਈ ਪਤਾ ਨਹੀਂ ਭਾਈ ਰਾਤ ਲਾਏ ਹੁਣ ਕੱਲ ਨੂੰ ਆ ਜਾਣ ਚੱਲ ਕੋਈ ਨਾ ਬਗ ਜਾ ਫਿਰ ਤੂੰ ਮੈਂ ਘਰੇ ਰਹਿ ਪੂੰਗਾ ਛੱਡ ਕੇ ਆਵਾਂ ਕਿ ਬਗ ਜਾਂਗੇ ਤੁਰ ਕੇ ਮੈਂ ਤਾਂ ਬਗ ਜੂ ਤੁਰ ਕੇ ਤੇ ਮੇਰੀ ਗੱਲ ਸੁਣਾ ਜਾਈ ਨਾ ਘਰੇ ਰਹੀ ਫਿਰ ਹੁਣ ਚੰਗਾ ਨਹੀਂ ਜਾਂਦਾ ਹੋਰ ਬਹੂ ਕੱਲੀ ਹੈ ਘਰੇ ਪੁੱਤ ਪਤਾ ਨਹੀਂ ਕਈ ਵਾਰ ਕੋਈ ਆ ਜਾਂਦਾ ਕੱਲੀ ਨੂੰ ਗਾਹਾਂ ਦੀ ਉਹਨੂੰ ਸ਼ੇਰ ਖਾਂਦੇ ਨੇ ਉਹ ਮਰੀ ਜਾਂਦੇ ਨੇ ਬਿਨਾ ਗੱਲ ਤੋਂ ਕਮਲਾ ਹਾਂਜੀ ਮੈਂ ਤਾਂ ਨਾ ਹੈਗਾ ਸੀ ਮਾਤਾ ਕੀ ਆ ਉਹਨਾਂ ਦੇ ਭੋਗ ਤੇ ਹਾਂ ਪਤਾ ਮੈਨੂੰ ਤੇ ਉਹਨੂੰ ਦੱਸੀ ਨਾ ਤੇ ਮੈਂ ਮੜੇ ਕੰਮ ਜਾ ਕੇ ਆਉਣਾ ਖੇਤ ਉਹਨੇ ਮੈਨੂੰ ਕਿਹਾ ਸੀ ਤੂੰ ਕਰੇ ਰਹੀ ਤੇ ਜਾਇਓ ਫਿਰ ਇੱਥੇ ਦੱਸਣਾ ਲਈ ਕੀ ਗੱਲ ਐ ਉਹ ਮੈਨੂੰ ਕਹਿੰਦੀ ਕਰੇ ਕੱਲੀ ਐ ਕੰਮ ਲੱਗੇ ਓਹੋ ਕੱਲੀ ਨੂੰ ਫਿਰ ਮੈਨੂੰ ਕਿਉਂਦਾ ਬਾਪੂ ਜੀ ਹੈਗੇ ਤਾਂ ਹੈਗਾ ਤੁਸੀਂ ਜਾਇਓ ਮੈਂ ਕਿਹਾ ਸੀ ਮਾਂ ਕਿਹੜਾ ਮੰਨਦੀ ਐ ਫਿਰ ਮੈਂ ਤੈਨੂੰ ਐ ਕਹਤ ਚਲ ਮੈਂ ਘਰੇ ਆਗਾ ਤੇ ਹੁਣ ਮੈਂ ਜਾ ਕੇ ਉਹਨਾ 2-3 ਘੰਟੇ ਤੱਕ ਮੁੜਿਉਂ ਚੰਗਾ। ਭੂਆ ਮੈਨੂੰ ਕਹਿ ਕੇ ਗਈ ਸੀ ਕਿਸੇ ਨੂੰ ਗੇਟ ਨਹੀਂ ਖੋਲਣਾ ਨਾ ਕਿਸੇ ਨੂੰ ਅੰਦਰ ਬੁਲਾਉਣਾ। ਮੈਂ ਕਿਸੇ ਕੋਲੇ ਜਾਂਦੀ ਨਹੀਂ ਨਾ ਕਿਸ ਕੋਈ ਘਰੇ ਆਉਂਦਾ ਆਪਣੇ। ਬਾਪੂ ਜੀ ਬੈਠੇ ਨੇ ਬਾਹਰ ਮੈਂ ਉਹਨਾਂ ਨੂੰ ਚਾਹ ਫੜਾਇਆ ਹੋਗੀ। ਤਾਂ ਐ ਤਾਂ ਹੁਣ ਗੇਟ ਕਿਉਂ ਨਹੀਂ ਖੋਲਣਾ ਜੇ ਕੋਈ ਬੋਲ ਮਾਰ ਲੂਗਾ। ਪਰ ਕੋਈ ਗੱਲ ਨਹੀਂ ਬਾਹਲਾ ਅਗਲੇ ਨੂੰ ਬੁਲਾਈ ਨਾ ਜੇ ਕੋਈ ਕੰਮ-ਕਮ ਹੋਇਆ ਕਿਦੇ ਘਰੇ ਨਹੀਂ ਤਾਂ ਖੇਤ ਗਏ ਹੋਣੇ ਬਸ ਐ ਕਹਿਦੀ। ਹਾਂ ਹਾਂ ਕੋਈ ਨਹੀਂ ਮੈਂ ਲਾ ਦੂੰਗੀ। ਸੁਨੇਹਾ ਤੁਸੀਂ ਜਾਇਓ ਖੇਤ ਕੋਲ। ਬਣੀ ਪਈ ਐ ਮੈਂ ਪਾਗ ਨਹੀਂ ਸੀਗੀ ਬਸ। ਲੈ ਕੇ ਦੀਆਂ ਗੁੱਟਕ ਮੰਗੀਆਂ ਉਹ ਕਿੱਧਰ 바ਗੀ ਬੋਲਦੀ ਨਹੀਂ ਵੇ ਆ ਸੀ ਮੈਂ ਤਾਂ ਬੈਠੀ ਆ ਬੁਲੇ ਚਿੱਲੇ ਮੂਰੇ ਲੈ ਓਰੇ ਕੋਰ ਕੰਡੇ ਪਾਈ ਜਾਂਦੇ ਆ ਬੈਠੀ ਸਾਰਾ ਪਿੰਡ ਉਹਨਾਂ ਦੇ ਭੋਗ ਤੇ ਵਗੇ ਤੂੰ ਬਾਹਰ ਜਾਵੇਂਗੀ ਤਾਂ ਭੋਗ ਪੈ ਗਿਆ ਬੂ ਮੈਂ ਮਰ ਜਾ ਮੇਰੇ ਤਾਂ ਜਾਦ ਹੀ ਨਹੀਂ ਰਿਹਾ ਹੈਗਾ ਸੱਚ ਕਈ ਕੇ ਗਈ ਸੀ ਉਹ ਭੋਗ ਨੂੰ ਉਹ ਫਿਰ ਜਾਣਾ ਸੀ ਮੈਂ ਤਾਂ ਆਪ ਹੁਣ ਜਦੋਂ ਉਧਰੋਂ ਆਇਆ ਆਪਣੀ ਬਿਆਨਤ ਤੁਰੀ ਦੀ ਬੁੜੀਆਂ ਨਾਲ ਮੈਂ ਆਖਿਆ ਉਹ ਦੀਦੀ ਨਹੀਂ ਇਹਨਾਂ ਨਾਲ ਮੈਂ ਦੇਖਾਂ ਕਿਤੇ ਘਰੀ ਨਾ ਬੈਠੀ ਹੋਵੇ ਇਹ ਮੇਰੇ ਤਾਂ ਜਾਦ ਨਹੀਂ ਰਿਹਾ ਨਾ ਬੇਅੰਤ ਚਾਹ ਹੋਰ ਗਈਆਂ ਹੋਣਗੀਆਂ ਘਰਾਂ ਦੇ ਉਹਨਾਂ ਨਾਲ ਗਈ ਹੋ ਹੈ ਅਮਰ ਵੀ ਹੋ ਨਾਲ ਵੇ ਆਮਨ ਕਿੱਥੇ ਆ ਨਾਲ ਉਹਦਾ ਰਾਜ ਮਿਲਿਆ ਸੀ ਮੈਨੂੰ ਰਾਜ ਦੀ ਮਾਂ ਢਿੱਲੀ ਹੋ ਗਈ ਉੱਥੇ ਗਏ ਨੇ ਉਹ ਤਾਂ ਉਹਦੀ ਸਹੋਰੀ ਗਈ ਹੈ ਅੱਛਾ ਉਹ ਉਧਰ ਵਾ ਗਈ ਹੈ ਬੇ ਫਿਰ ਮੇਰੀ ਗੱਲ ਸੁਣਾ ਹੁਣ ਸਾਰੇ ਘਰਾਂ ਦੀਆਂ ਬਾਕੀਆਂ ਹੁਣ ਮੈਂ ਇਕੱਲੀ ਜੀ ਕੀ ਕਰੂੰਗੀ ਮੈਨੂੰ ਤਾਂ ਸੰਗ ਲੱਗਦੇ ਮੈਂ ਤਾਂ ਤੁਰਨਾ ਹੀ ਔਖਾ ਹੋ ਜਾਂਦਾ ਇਕੱਲੀ ਜਾਣੀ ਨੂੰ ਸੀਗੇ ਜੇ ਨਾਲ ਤਾਂ ਤੁਰਿਆ ਜਾਂਦਾ ਹੈਗਾ ਕਹਾਂ ਬੰਦੇ ਆਇਆ ਚ ਵੜਨਾ ਔਖਾ ਹੋ ਜਾਂਦਾ ਤੇ ਤੂੰ ਮੇਰੀ ਗੱਲ ਸੁਣ ਆਪ ਵਗ ਜਾ ਮੱਥਾ ਟੇਕ ਗੱਲਾਂ ਦਾ ਦੇਖ ਲੈ ਕਰ ਦੇ ਕੇ ਸੰਗ ਲੱਗਦੇ ਜਿਵੇਂ ਕੱਲ ਆਈ ਹੁੰਨੀ ਐ ਓਏ ਤੂੰ ਵਗ ਜਾ ਹੁਣ ਕਿਹੜਾ ਉਹਨਾਂ ਦਾ ਘਰ ਦੂਰ ਹੋ ਗਿਆ ਹਜੇ ਕਿਹੜਾ ਭੋਗ ਪੈ ਗਿਆ ਤੂੰ ਵਗ ਜਾ ਵੇ ਗੱਲ ਭੋਗ ਦੀ ਨਹੀਂ ਹੈਗੀ ਕੱਲੀ ਨੂੰ ਜਾਣਾ ਔਖਾ ਹੋ ਜਾਂਦਾ ਸਿੱਗੇ ਨਾਲ ਤਾਂ 부ੜੀ ਤੁਰ ਜਾਂਦੀ ਐ ਪਮਾ ਕਿੱਡੀਓ 부ੜੀ ਹੋ ਗਈ ਕੱਲ੍ਹ ਆਈ ਦੀ ਗੱਲ ਨਹੀਂ ਹੈਗੀ ਹੁਣ ਜਾਣਾ ਪਤਾ ਕਿੰਨਾ ਔਖਾ ਹੈਗਾ ਸਾਰੇ ਪਿੰਡ ਦੇ ਸਾਰੇ ਬੰਦੇ ਆਂਦਾ ਇਕੱਠਾ ਹੋਊਗਾ ਨੰਗਣਾ ਔਖਾ ਹੋ ਜਾਂਦਾ ਮੇਰੀ ਗੱਲ ਮੰਨ ਲੈ ਤੂੰ ਵਗ ਜਾ ਮੱਥਾ ਟੇਕਿਆ ਓਏ ਮੇਰੀ ਤਾਂ ਗੱਲ ਤੂੰ ਮੰਨ ਲੈ ਮੇਰੀ ਉਧਰੋਂ ਮੁੰਡਾ ਸੌਰੀ ਵਾਗਿਆ ਕੱਖ ਵੱਢ ਕੇ ਲਿਆਉਣੇ ਨੇ ਖੇਤੋਂ ਕਰਿਆ ਕੇ ਫਿਰ ਲਾਉਣੇ ਨੇ ਮੈਂ ਕਿੱਧਰ ਕਿੱਧਰ ਹੋਊਂਗਾ ਤੂੰ ਮੱਥਾ ਟੇਕਿਆ ਜਾ ਕੇ ਕੋਈ ਨਾ ਉੱਥੇ ਘੰਟੀ 'ਚ 11 ਵਜੇ ਨੂੰ ਭੋਗ ਪੈ ਜੂਗਾ ਲੰਗਰ ਛਕਿਆ ਜਾਊਗਾ ਘਰੇ ਆ ਜਾਏਗਾ ਤੇ ਕੋਈ ਨਾ ਸੰਨੀ ਮੈਂ ਰਲਾ ਦੂੰਗੀ ਉਦੋਂ ਮਗਰੋਂ ਕਹ ਹਰਾ ਵੱਢ ਲੈ ਹਰਾ ਵੱਢ ਕੇ ਲਿਆ ਕੇ ਰਲਾ ਦ ਠੀਕ ਹੈ ਪਰ ਵਗ ਤੂੰ ਜਾ ਮੱਥਾ ਤੂੰ ਟੇਕਿਆ ਹੁਣ ਮੈਥੋਂ ਨਹੀਂ ਜਾਈ ਨਾ ਮੈਂ ਤਾਂ ਥੱਕੀ ਪਈ ਆ ਭਾਈ ਮੈਥੋਂ ਨਹੀਂ ਜਾਈਦਾ ਹੈਗਾ ਹਾਂ ਮੈਨੂੰ ਤਾਂ ਹੁਣ ਜਾਣੀ ਪੂ ਤੂੰ ਤਾਂ ਸੁਣਾਤੀ ਸੌ ਦੀ ਇੱਕ ਚੰਗਾ ਮੈਂ ਜਾਣਾ ਫਿਰ ਵਗ ਜਾ ਅਗਲੇ ਕਈ ਕੇ ਗਏ ਨੇ ਇੱਕ ਬੰਦਾ ਹਾਜ਼ਰ ਹੋ ਜੇ ਚੱਲ ਐ ਹੋ ਜਾਂਦਾ ਵੀ ਹਾਂ ਆ ਗਏ ਲੈ ਚੱਲ ਤੂੰ ਤਾਂ ਜਾ ਤੈਨੂੰ ਕੀ ਪਤਾ ਹੁਣ ਮੈਂ ਕਿਹੜੇ ਪਾਸੇ ਜਾਣਾ ਮੇਰੀ ਜਗ੍ਹਾ ਤਾਂ ਹੁਣ ਹੋਰ ਪਾਸੇ ਢੀਕਦੀ ਐ ਉਧਰ ਹੀ ਜਾਣਾ ਆਪੇ ਰੱਬ ਸੰਤਰ ਮਲਿਆਉਂਦਾ ਹੈਗਾ ਲੈ ਤੂੰ ਜਾ ਮੈਂ ਆਪਦੇ ਪਾਸੇ ਜਾਨੀ ਆ ਓਹ ਹੋ ਕੇ ਮੈਂ ਹੋ ਜੀ ਤੱਕੜਿਆ ਤੱਕ ਰਿਆ ਜੀ ਹੋਰ ਤੁਸੀਂ ਠੀਕ ਹੋ ਹਾਂ ਹਾਂ ਠੀਕ ਆ ਮੈਂ ਤਾਂ ਤੇ ਅੱਜ ਭਾਈ ਕਿਵੇਂ ਸਾਡਾ ਹੈ ਕਰ ਦੀ ਗਿਆ ਸੋਨੂੰ ਓਹੋ ਮੈਂ ਤਾਂ ਉਹ ਜਿਹਾ ਨਹੀਂ ਆ ਤੈਨੂੰ ਹੀ ਨਹੀਂ ਪਤਾ ਲੱਗਦਾ ਪਸ਼ੂਆਂ ਵਾਲੇ ਬਾਗਲ ਚ ਬੈਠਾ ਹੁੰਨਾ ਹਾਏ ਆ ਜੀ ਨਿਗਾਹ ਨੂੰ ਘਟ ਗਈ ਹੁਣ ਆਹੋ ਫਰਕ ਪੈ ਗਿਆ ਹੁਣ ਪਹਿਲਾਂ ਦੇ ਸ਼ਰੀਰ ਸਮਝ ਹੈ ਨਹੀਂਗੇ ਓਏ ਇਹ ਤਾਂ ਹੈ ਫਿਰ ਰੋਜੋ ਹਿਆ ਤੰਤ ਕਿਥੋਂ ਰਹਿੰਦਾ ਹਾਂ ਤੇ ਮਾਇਆ ਆਦੀ ਸੀ ਆਪਣੇ ਹੈਗੀਆਂ ਨੇ ਬਿਆੰਤ ਹੋਰੀਆਂ ਕਰੇ ਬਿਆੰਤ ਤਾਂ ਆਪਣੀ ਉਧਰ ਗਈ ਆ ਭੋਗ ਤੇ ਤੁਸੀਂ ਨਹੀਂ ਗਏ ਹੈਗੇ ਸਾਡੇ ਤੇਰੇ ਬਾਈ ਵਗ ਗਿਆ ਮੈਨੂੰ ਜਾਇਆ ਨਹੀਂ ਗਿਆ ਤੈਨੂੰ ਪਤਾ ਚੁੱਲ੍ਹੇ ਦੇ ਕੰਮ ਹੀ ਨਿਭੜਦੇ ਬਾਰ ਮੱਝ ਜਾਂਦੇ ਚਲੋ ਫਿਰ ਕਰਨੀ ਵੀ ਚਾਹੀਦਾ ਕੋਈ ਹੋਰ ਹਾਂ ਤੇ ਆਪਣੀ ਅਮਨੇ ਹੋ ਆਮਰੇ ਆਪਣੀ ਪਿੰਡ ਭਾਗੀ ਪਰੌਣਾ ਵੀ ਗਿਆ ਅੱਛਾ ਹਾਂ ਹੋਰ ਜਬਾਕ ਠੀਕ ਨੇ ਬਹੁਤ ਠੀਕ ਹੈ ੁੱਡੀ ਹਾਂ ਹਾਂ ਠੀਕ ਹੈ ਵਦਿਆ ਹਲੇ ਤੈ ਤੱਕ ਦੇਖੋ ਭਾਈ ਬੋਚਾ ਬਾਚੀ ਨਾ ਟਾਈਮ ਕੱਢ ਲਿਓ ਨੀਵੇਂ ਹੋ ਕੇ ਨਹੀਂ ਤਾਂ ਫਿਰ ਖੁੰਡੇ ਪੈ ਜਾਂਦੇ ਨੇ ਲੈ ਦੇਖ ਲੈ ਛੋਡੀ ਵੀ ਆਦਤ ਨਾ ਗਈ ਚੇਹੜਾਂ ਕਰਨ ਦੀ ਢੜੇ ਹੋ ਗਏ ਖੁੰਡਾ ਫੜ ਲਿਆ ਐਵੇਂ ਕਿਵੇਂ ਖੁੰਡੇ ਲਾਉ ਉਹ ਤਾਂ ਭਾਈ ਚਰਨੋਂ ਮਹਿਤਾ ਚੋੜ ਕਰਦਾ ਮੈਂ ਤਾਂ ਉਹ ਕਹਿੰਦਾ ਸੀ ਵੀ ਅੱਜ ਕੱਲ ਭਾਈ ਫਿਰ ਜਵਾਖ ਚੱਲਦੇ ਨਹੀਂ ਹੈਗੇ ਨਾ ਜੇ ਤਾਂ ਤੇਰੇ ਢੁੰਡੇ ਲੱਗਦੇ ਨੇ ਤਾਂ ਦੱਸ ਫਿਰ ਤਾਂ ਮੈਂ ਵੀ ਖੁੰਡੇ ਖਾ ਲੂੰਗੀ ਇਹ ਤਾਂ ਇਹ ਤਾਂ ਪਤਾ ਨਹੀਂ ਕਰਮਾਂ ਦਾ ਹੈ ਹੈ ਕੀ ਪਤਾ ਹਲੇ ਤੱਕ ਤਾਂ ਠੀਕ ਐ ਹਲੇ ਸਈ ਕੱਲ ਨੂੰ ਪਈ ਖੁੰਡੇ ਪੈ ਵੀ ਸਕਦੇ ਨੇ ਇਹ ਕੀ ਪਤਾ ਲੱਗਦਾ ਆਹ ਇਹ ਤਾਂ ਫਿਰ ਉਹ ਜਾਂ ਲਾਭ ਦੀ ਜੀਬ ਐ ਚਾਹੇ ਗਧੇ ਚੜਾ ਲਈਏ ਚਾਹੇ ਘੋੜੇ ਚੜਾ ਲਈਏ ਚਾਹੇ ਖੁੰਡੇ ਖਾ ਲਈਏ ਚਾਹੇ ਜਿੱਤ ਕਰਾ ਲਈਏ ਬਸ ਲੋਕਾਂ ਦੇ ਧੀ ਪੁੱਤ ਸਿਆਣੇ ਹੁੰਦੇ ਨੇ ਤੁਸੀਂ ਆਪ ਸਿਆਣੇ ਹੋ ਬਸ ਹਾਂ ਫਿਰ ਨੂੰ ਪਤਾ ਹੀ ਐ ਹੁਣ ਮੈਂ ਤਾਂ ਆਦੀ ਚੱਲ ਫਿਰ ਮੈਂ ਮੁੜ ਜਾਨੀ ਆ ਫਿਰ ਜਦੋਂ ਹੈ ਹੀ ਨਹੀਂ ਉਹਨਾਂ ਚੋਂ ਕੋਈ ਘਰੇ ਉਹ ਆਪਣੀ ਇਹੋ ਹੈਗੀ ਜੀਤੇ ਦੀ ਬਹੂ ਕੁੜੀ ਆਪਣੀ ਕਾਮਲ ਠੀਕ ਐ ਹਾਂ ਬਣਾ ਦਿੰਦੀ ਐ ਚਾਚੂ ਚੱਲ ਚਾਹ ਦੀ ਤਾਂ ਮੈਨੂੰ ਕਿਹੜੀ ਲੋੜ ਆ ਮੈਂ ਤਾਂ ਦੋ ਮਿੰਟਾਈ ਬਾਈ ਚੱਲ ਉਹਦੇ ਕੋਲੇ ਗੱਲਾਂ ਕਰੇ ਆਉਂਦੀ ਚਲੋ ਭਾਈ ਮਰਜੀ ਐ ਬੈਠੋ ਹੱਸ ਤਾਂ ਗਈ ਇਹ ਉਹੀ ਨਾ ਕੋਈ ਤਬੀਤ ਸੱਟ ਜੇ ਦਾ ਪਰੋਸਾ ਕੋਈ ਨਹੀਂ ਕਿਤੇ ਉਹੀ ਸਖਿਆ ਜੀ ਇਹ ਕੁੜੀ ਨੂੰ ਧੀ ਜੀ ਕਿੱਧਰ ਗਈ ਕੋੜਾ ਬਾਹੂ ਰਾਣੀ ਕਰੀ ਐ ਹਾਂ ਬੇਬੇ ਕਰੀ ਆ ਆ ਗਈ ਕੀ ਕਰੀ ਜਾਂਦੀ ਸੀ ਕੁਛ ਨਹੀਂ ਬੇਬੇ ਬਾਣੇ-ਪਾਣੇ ਮਾਂਦੀ ਸੀ ਮੱਥਾ ਡੇਗਨੀਆ ਬੇਬੇ ਜਿਉਂ ਵੀ ਵਸਦੀ ਰਹ ਬੈਠੋ ਹਾਂ ਚਾਹ ਮਨਾ ਕੇ ਲਾ ਨਾ ਨਾ ਪੁੱਤ ਬਸ ਚਾਹ ਨਹੀਂ ਪੀਣੀ ਹੈਗੀ ਅੱਛਾ ਮੈਂ ਤਾਂ ਬਸ ਉਹੀ ਕੰਮ ਕਰਦਾ ਜਨੇ ਮੇਡ ਕਿਦਰ ਤੁਰੀ ਆਈ ਅੱਛਾ ਕਿਦਰ ਵਗੀਆਂ ਤੇਰੀ ਸੱਸ ਹੋਰ ਸੱਸ ਉਧਰ ਪੋਗ ਤੇ ਹਾਂ ਤੇ ਅਮਨਪੂਆ ਉੱਥੇ ਗਏ ਨੇ ਉਹਨਾਂ ਦੀ ਨਾ ਸੱਸ ਬਿਮਾਰ ਹੈ ਥੋੜੀ ਜੀ ਹਾਂ ਦੱਸਿਆ ਸੀ ਤੇਰੇ ਬਾਪੂ ਨੇ ਹੁਣ ਮੈਂ ਉੱਥੇ ਖੜ ਗਈ ਤੇਰੇ ਬਾਪੂ ਕੋਲੇ ਆਉਂਦੀ ਆਉਂਦੀ ਗੋਲ ਪੁੱਛਣ ਲੱਗ ਗਈ ਮੈਂ ਤਾਂ ਮੁੜਦੀ ਸੀਗੀ ਮੈਂ ਉੱਥੇ ਚੱਲ ਜੇ ਹੈ ਹੀ ਨਹੀਂ ਉਹ ਨਣਦ ਪਰਜਾਈ ਕਰੇ ਮਾਮਾ ਮੁੜ ਜਾਣੀ ਆ ਤੇ ਉਹ ਤੇਰੇ ਬਾਪੂ ਆ ਦਾ ਨਹੀਂ ਆ ਕਿ ਹੈਗੀ ਆ ਕਾਮਲ ਹਾਂ ਤੇ ਵਗ ਜੋ ਤੁਸੀਂ ਗਾਹ ਹੋ ਚੱਲ ਫਿਰ ਮੈਂ ਵਗ ਜਾਨੀ ਆ ਦੋ ਤੁਸੀਂ ਬੈਠੋ ਪੂਆ ਮੈਂ ਚਾਹ ਬਣਾ ਲਿਆਨੀ ਆ ਤੁਹਾਡੇ ਵਾਸਤੇ ਨਹੀਂ ਪੁੱਤ ਨਹੀਂ ਬਹਿ ਜਾ ਮੇਰੀ ਗੱਲ ਸੁਣ ਮੈਂ ਚਾਹ ਪੀ ਕੇ ਆਈ ਆ ਰੋਟੀ ਖਾ ਕੇ ਆਈ ਆ ਮਾਦਾ ਉਹੀ ਗੱਲਾਂ ਕਰਨ ਦੀ ਮਾਰੀ ਆ ਗਈ ਤੇ ਅੱਛਾ ਫਿਰ ਉਹ ਕਿਵੇਂ ਵਗ ਗਈ ਪਿੰਡ ਪੂਆ ਤੇਰੀ ਦੱਸਿਆ ਤਾਂ ਸੀ ਤੁਹਾਨੂੰ ਉਹਨਾਂ ਦੀ ਸੱਸ ਬਿਮਾਰ ਹੈ ਨਾ ਸੱਸ ਬਿਮਾਰ ਹੈ ਉਹਨਾਂ ਦਾ ਸ਼ੂਗਰ ਵੱਧ ਗਈ ਥੋੜੀ ਜੀ ਨਾ ਅੱਛਾ ਫੁੱਫੜ ਜੀ ਨੂੰ ਫੋਨ ਆਇਆ ਸੀਗਾ ਫਿਰ ਜਿਮੀ ਫੋਨ ਆਇਆ ਉਹ ਸਲਾਹ ਜੀ ਕਰਕੇ ਬਾਗ ਦੇ ਕਾਰ ਲੈ ਕੇ ਮੰਮੀ ਅੱਧਰ ਗਈ ਹੈਗੀ ਭੋਗ ਤੇ ਆ ਪੁੱਤ ਪਰ ਸ਼ੂਗਰ ਉਹਦੀ ਥੋੜੇ ਜਿਹੇ ਦਿਨਾਂ ਤੋਂ ਵਧਦੀ ਜਾਂਦੀ ਹੈ ਜਦੋਂ ਕੋਈ ਤੇਰੀ ਭੂਆ ਕੋਲੇ ਪਾਂਜਾ ਸ਼ੀਕਾ ਸਮਝ ਹੋ ਜਾਂਦਾ ਇਕੱਠਾ ਉਹ ਤਾਂ ਫੇਰ ਉਹਦੀ ਕਰੀ ਸੱਸ ਦੀ ਸ਼ੂਗਰ ਵਧ ਜਾਂਦੀ ਹੈ ਕਦੇ ਸੌਰੇ ਤੱਕ ਦੀ ਬਿਮਾਰੀ ਆ ਜਾਂਦੀ ਹੈ ਫੇਰ ਉਹ ਵਗ ਜਾਂਦੀ ਹੈ ਕੀ ਮਤਲਬ ਬੀਬੀ ਮੈਂ ਸਮਝੀ ਨਹੀਂ ਹੈਗੀ ਓੜੇ ਪੁੱਤ ਤੂੰ ਸਮਝਦੀ ਵੀ ਹੈ ਨਹੀਂ ਜਿਹੇ ਜਿਸ ਤੇਰੀ ਭੋਲੀ ਹੱਸ ਸੀ ਉਹ ਇਹ ਜੀ ਭੋਲੀ ਮੈਨੂੰ ਤੂੰ ਲੱਗਦੀ ਹੈ ਤੂੰ ਨਹੀਂ ਸਮਝ ਸਕਦੀ ਉਹ ਨੂੰ ਨਹੀਂ ਭੂਆ ਗੱਲ ਤਾਂ ਦੱਸੋ ਕੀ ਹੋ ਗਈ ਮੈਂ ਦੱਸਾਂ ਤੈਨੂੰ ਗੱਲ ਹਾਂ ਬੀਬੀ ਦੇਖ ਮੇਰੀ ਗੱਲ ਦਾ ਗੁੱਸਾ ਤਾਂ ਕਰੀ ਨਾ ਨਾ ਗੱਲ ਨੂੰ ਗਾਹਾਂ ਵਧਾਈ ਮੈਨੂੰ ਤਾਂ ਪੁੱਤ ਇਸ ਘਰ ਤੇ ਤਰਸ ਹੁੰਦਾ ਬਲਾਂ ਤਰਸ ਹੁੰਦਾ ਮੈਂ ਤੈਨੂੰ ਤਾਂ ਗੱਲ ਦੱਸਦੀ ਆ ਹੂੰ ਭੂਆ ਤਾਂ ਤੇਰੀ ਹਾੜੀ ਸੋਹਣੀ ਸਾਰੀ ਕਬੀਲਦਾਰੀ ਉਹਦੇ ਹੱਥ ਚ ਐ ਤੇਰੇ ਭੂਆ ਫੁੱਫੜ ਦੇ ਦੋ ਪੈਸੇ ਨਹੀਂ ਹੈਗੇ ਤੇਰੀ ਮਾਂ ਕੋਲੇ ਤੇਰੀ ਸੱਸ ਕੋਲੇ 10 ਰੁਪਏ ਮੱਥਾ ਟੇਕਣ ਨੂੰ ਵੀ ਤੇਰੀ ਭੂਆ ਤੋਂ ਮੰਗਦੀ ਆ ਜੇ ਕਿਤੇ ਜਾਣਾ ਹੁੰਦਾ ਉਹਨੇ ਫੋਗ ਤੇ ਜਦੋਂ ਹੱਥ ਚ ਆ ਜਾਂਦੇ 20000 ਆ ਚਾਹੀ 50000 ਆ ਚੁੱਪ ਕਰਕੇ ਲੈ ਜਾਂਦੀ ਐ ਤੇ ਉੱਥੇ ਧਰੇ ਆਉਂਦੀ ਐ ਮੇਰੀ ਗੱਲ ਸੁਣ। ਉੱਥੇ ਐਡਾ ਮਨਅਸਾਰ ਰੱਖਿਆ ਐਡੀ ਕੋਠੀ ਪਾ ਰੱਖੀ ਜਮੀਨਾਂ ਖਰੀਦੀ ਜਾਂਦੇ ਨੇ ਤੇ ਸੋਡੇ ਘਰ ਦਾ ਕੱਖ ਨਹੀਂ ਬਣਨ ਦਿੱਤਾ। ਆ ਤੇਰਾ ਸਹੁਰਾ ਜਿੰਨਾ ਕਰ ਗਿਆ ਕਰ ਗਿਆ ਉਦੋਂ ਬਾਅਦ ਨਾ ਘਰੇ ਪੈਸਾ ਲਾਇਆ ਨਾ ਖੇਤ ਕੋਈ ਬੋਰ ਕਰਿਆ ਨਾ ਕੋਠਾ ਪਾਇਆ ਕੁਛ ਨਹੀਂ ਕਰਿਆ। ਡਾਲ ਇੱਕ ਸੋਡਾ ਚੁੱਲ੍ਹਾ ਤੁਰਦਾ। ਹੋਰ ਕੱਖ ਨਹੀਂ ਬਣਿਆ ਸੋਡੇ। ਇੱਥੋਂ ਟੋ ਟੋ ਉੱਥੇ ਬਣਾਈ ਜਾਂਦੇ ਨੇ। ਪਰ ਬੀਬੀ ਮੈਨੂੰ ਤਾਂ ਲੱਗਿਆ ਨਹੀਂ ਭੂਆ ਇਹੋ ਜੀ ਆ। ਨਾਲੇ ਉਹ ਤਾਂ ਕਰਦੀ ਬਹੁਤ ਆ ਸਾਡਾ। ਮਾੜੀ ਮਾੜੀ ਗੱਲ ਸਾਨੂੰ ਦੱਸ ਕੇ ਕਰਦੀ ਐ ਜੋ ਵੀ ਕਰੇ ਫੁੱਫੜ ਜੀ ਵੀ ਉਹਨਾਂ ਦੇ ਸਭਾ ਤੋਂ ਤੱਕ ਤੇ ਲੱਗ ਜਾਣੀ ਇਹ ਜੀ ਗੱਲ ਹੈਗੀ ਐ ਕੋਈ ਨੇ ਪੁੱਤ ਜੇ ਹੁਣ ਮਾਰਖੰਡਿਆਈ ਗਾਂ ਵਾਂਗੂ ਪਾਊਗੀ ਤੁਹਾਨੂੰ ਤੁਸੀਂ ਉਹਨੂੰ ਕਿੱਥੋਂ ਰੱਖੋਗੇ ਜੇ ਉਹ ਤੁਹਾਡੇ ਨਾਲ ਮਿੱਠੀ ਪਿਆਰੀ ਰਹਿੰਦੀ ਐ ਫੇਰ ਹੀ ਬੈਠੀ ਐ ਫੇਰ ਹੀ ਉਹਨੂੰ ਖਾਣ ਨੂੰ ਮਿਲਦਾ ਤੂੰ ਮੈਨੂੰ ਐਂ ਦੱਸ ਕਿਹੜਾ ਬੰਦਾ ਐ ਕਰ ਛੱਡ ਕੇ ਬਹਿਜੋ ਬਹਿਜੋ ਸਹਰੀ ਹੁਣ ਹਰਜੀਤ ਐ ਤੂੰ ਐ ਕਿਵੇਂ ਬਹਿਜੋਗੇ ਕਰ ਛੱਡ ਕੇ ਬਹਿਜਾਂਗੇ ਆਪਦਾ ਉਹ ਨਹੀਂ ਬੀਬੀ ਭੂਆ ਸਾਡਾ ਕਰਦੀ ਐ ਉਹਨੂੰ ਪਤਾ ਵੀ ਇੱਥੇ ਮਾਂ ਕੱਲੀ ਐ ਤਾ ਬੈਠੀ ਆ ਭੂਆ ਹੋਰ ਨਹੀਂ ਕੋਈ ਗੱਲ ਤੁਹਾਨੂੰ ਉਹੀ ਲੱਗਦਾ ਚੱਲ ਫਿਰ ਮੇਰੀ ਗੱਲ ਸੁਣ ਤੂੰ ਐ ਕਹਿਨੀ ਐ ਕਿ ਮਾਂ ਕੱਲੀ ਐ ਹੁਣ ਤਾਂ ਮਾਂ ਕੱਲੀ ਨਹੀਂ ਹੈਗੀ ਹੁਣ ਤਾਂ ਤੁਸੀਂ ਸੁਖ ਨਾਲ ਮੁੰਡਾ ਜਵਾਨ ਹੋ ਗਿਆ ਤੂੰ ਆ ਗਈ ਹੁਣ ਤਾਂ ਨਾ ਤਾਂ ਹੱਕ ਬਣਦਾ ਕਿ ਨਾ ਜਾਣ ਦਾ ਆਪਦੇ ਘਰੇ ਜਾਣ ਆਪਦਾ ਘਰ ਸਾਹਮਣ ਆਪਦੀ ਸੱਸ ਸਹੁਰੇ ਨੂੰ ਸਾਹਮਣ ਹੈ ਜਿੱਥੋਂ ਉਹਨਾਂ ਨੂੰ ਜਾਇਆਤ ਮਿਲੀ ਐ ਪਰ ਨਾ ਉਦੋਂ ਤੱਕ ਨਹੀਂ ਹੈਗੀ ਹੈਗੀ ਉਹਨਾਂ ਨੂੰ ਪਤਾ ਹੈ ਵੀ ਜਿੰਨਾ ਕ ਇਥੋਂ ਹੁੰਝ ਲਾਂਗੇ ਉਹੀ ਆਵਦਾ ਮਿਰ ਨਹੀਂ ਬੀਬੀ ਇਹ ਵੀ ਤਾਂ ਭੂਆ ਦਾ ਘਰ ਹੀ ਆ ਉਹ ਭਲਾ ਇਹ じゃ ਕੁਝ ਕਿਉਂ ਕਰੂਗੀ ਨਾਲੇ ਮੈਨੂੰ ਨਹੀਂ ਲੱਗਦਾ ਭੂਆ ਇਹ ਜੀ ਹੈ ਜਦੋਂ ਕੁੜੀਆਂ ਵੀ ਆਈਆਂ ਜਾਣ ਨਾ ਉਹਨਾਂ ਦਾ ਘਰ ਸਹੌਰਾ ਘਰ ਹੀ ਹੁੰਦਾ ਪੁੱਤ ਇਹ ਭੂਆ ਦਾ ਘਰ ਨਹੀਂ ਇਹ ਤੇਰੇ ਸਹੁਰੇ ਦਾ ਘਰ ਹੈ ਤੇਰੇ ਬੰਦੇ ਦਾ ਘਰ ਹੈ ਹੁਣ ਹੁਣ ਭੂਆ ਦਾ ਨਹੀਂ ਹੈਗਾ ਇਹ ਮਾੜਾ ਮੋਟਾ ਘਹਾਵਰ ਕਰ ਲੱਖਾਂ ਖੋਲ ਲੈ ਨਹੀਂ ਮੈਨੂੰ ਤਾਂ ਬਲਾਈਂ ਤਰਸ ਆਉਂਦਾ ਤੇਰੀ ਸੱਸ ਤੇ ਨਹੀਂ ਜਿਵੇਂ ਅੱਲਾ ਦੀ ਗਊ ਹੈ ਜਿਵੇਂ ਨਹੀਂ ਕੁਸ ਬੋਲਦੀ ਉਹਦੇ ਮੂਰੇ ਜਿਵੇਂ ਉਹ ਕਹਿੰਦੀ ਹੈ ਉਵੇਂ ਕਰਦੀ ਹੈ ਆਹੋ ਜੀ ਤੂੰ ਆ ਗਈ ਮੈਂ ਤਾਂ ਹਰਜੀਤ ਤੇ ਬੁਲਾ ਤਰਸ ਆਉਂਦਾ ਸੀ ਉਹਦਾ ਨਹੀਂ ਜਵਾਬ ਕਦਾ ਕੁਸ ਬਣਨ ਦਿੱਤਾ ਹੁਣ ਤੇਰੇ ਮੂੰਹ ਕਨੀ ਦੇਖ ਦੇਖ ਉਹਦੋਂ ਵੀ ਜਾ ਤੇ ਮੈਨੂੰ ਤਰਸ ਆਉਂਦਾ ਤੂੰ ਵੀ ਪੁੱਤੋ ਇਹ ਜੀ ਪੋਲੀਆਂ ਮਾੜੀਆਂ ਮੋਟੀਆਂ ਅੱਖਾਂ ਖੋਲ ਲੈ ਮੇਰੀ ਤੀ ਤੂੰ ਐ ਕਰ ਐਦੋਂ ਗਾਹਾਂ ਗਾਹਾਂ ਦੇਖਦੀ ਜਾਹੀਂ ਵੀ ਤੇਰੀ ਭੂਆ ਕੀ ਕਰਦੀ ਹੈ ਤੇਰੀ ਸੱਸ ਕੀ ਕਰਦੀ ਐ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਨਾ ਬੇਬੇ ਮੈਨੂੰ ਨਹੀਂ ਲੱਗਦੀ ਇਹ ਗੱਲ ਤੁਹਾਨੂੰ ਐਵੇਂ ਵਹਿਮ ਪੈ ਗਿਆ ਨਾਲੇ ਭੂਆ ਉਹ ਤਾਂ ਮੇਰੀ ਸੱਸ ਨਾਲੋਂ ਵੱਧ ਕੇ ਮੇਰਾ ਕਰਦੀ ਐ ਨਾਲੇ ਰੱਬ ਦਾ ਦਿੱਤਾ ਹੋਇਆ ਫੁੱਫੜ ਜੀ ਹੋਰਾਂ ਕੋਲੇ ਬਹੁਤ ਐ ਉਹਨੂੰ ਕੀ ਲੋੜ ਐ ਇਧਰੋਂ ਟੋਕੇ ਲੈ ਕੇ ਜਾਂਦੀ ਉਧਰ ਦਊਗੀ ਮੈਨੂੰ ਨਹੀਂ ਲੱਗਦਾ ਇਹ ਗੱਲ ਹੈਗੀ ਆ ਨਹੀਂ ਉਹੋ ਕਮਲੀਏ ਨਹੀਂ ਉਹੋ ਲੱਗਣ ਦਿੰਦੀ ਨਹੀਂ ਵੀ ਮੈਂ ਚਲਾਕ ਆ ਨਾਲੇ ਕਿਸੇ ਬੰਦੇ ਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਵੀ ਉਹ ਚਲਾਕ ਹੈ ਜਾਂ ਉਹ ਭੋਲਾ ਨਹੀਂ ਆ ਮੇਰੇ ਵਰਗੀ ਤਾਂ ਬੋਲ ਵਗਿਆੜਾ ਬੋਲ ਕੇ ਸੁਣਾ ਦਿੰਦੀ ਐ ਉਹ ਬੋਲ ਕੇ ਨਹੀਂ ਸੁਣਾਉਂਦੀ ਉਹ ਵਿੱਚੋਂ ਵਿੱਚ ਠੱਗਦੀ ਐ ਹੈ ਤੇਰੀ ਸੱਸ ਸਾਬ ਵਿਚਾਰੀ ਉਹੀ ਗੱਲ 12 ਵਾਰ ਸੀ ਵਿਧਵਾ ਹੋ ਗਈ ਸੀ ਚਲ ਉਹਨੇ ਤਾਂ ਰੰਡੀ ਨੇ ਰੰਡ ਕੱਟ ਲਿਆ ਸੀਗਾ ਚਲ ਉਹਦੇ ਸਿਰ ਤੇ ਕੱਟ ਲਿਆ ਭੰਮਾ ਪਰ ਹੁਣ ਤਾਂ ਨਹੀਂ ਉਹਦਾ ਹੱਕ ਬਣਦਾ ਹੁਣ ਤਾਂ ਜਾਵੇ ਦੇਖ ਨਾ ਹਰਜੀਤ ਦਾ ਕੁਛ ਬਹਨ ਨਾ ਦਿੱਤਾ ਹੋਪੂ ਆ ਤਾਂ ਹਰਜੀਤ ਨੂੰ ਪਿਆਰੀ ਇੰਨਾ ਕਰਦੀ ਐ ਸੁੱਤੇ ਪਏ ਨੂੰ ਨਹੀਂ ਉਠਣ ਦਿੰਦੀ ਕਹਿੰਦੀ ਐ ਕੀ ਕਰਨਾ ਉੱਠ ਕੇ ਘੰਟਾ ਘੜੀ ਪਿਆ ਰਹਿੰਦੇ ਐਵੇਂ ਬਾਹਰ ਠੰਡ ਹੀ ਲੱਗੂ ਓਹੋ ਕੁੜੇ ਪੁੱਤ ਐ ਨਹੀਂ ਕਹਿੰਦੀ ਓਹ ਵੀ ਠੰਡ ਲੱਗੂ ਉਹਨੂੰ ਕਬੀਲਦਾਰੀ ਦੀ ਸੂਹ ਆ ਜੂ ਜੇ ਓਹ ਉੱਠੂਗਾ ਪੜਾਇਆ ਨਹੀਂ ਚੱਜ ਨਾਲ ਹੈ ਕੋਈ ਨੌਕਰੀ ਤੇ ਨਹੀਂ ਲੱਗਣ ਦਿੱਤਾ ਕਿਸੇ ਕਿਤੇ ਨਹੀਂ ਲੱਗਣ ਦਿੱਤਾ ਤੇ ਇਹ ਦੇਖ ਮੇਰਾ ਤਾਂ ਜੇ ਢਡਮਾਚਦਾ ਸੀ ਪੁੱਤ ਹੈ ਮੈਂ ਤਾਂ ਤੈਨੂੰ ਤਾਂ ਕਹੀ ਨਹੀਂ ਆ ਪਹਿਲਾਂ ਤੇਰੀ ਸੱਸ ਤੇ ਢਡਮਾਚਦਾ ਸੀ ਪੁੱਤ ਹੁਣ ਤੇਰੇ ਤੇ ਢਡਮਾਚਦਾ ਮੇਰਾ ਹੈ ਮੋ ਮੋਠਾ ਗਣੀਏ ਪੁੱਤ ਤੂੰ ਮਾੜਾ ਮੋਟਾ ਸਮਝੇ ਮੇਰੀ ਗੱਲ ਨੂੰ ਮੈਂ ਤਾਂ ਆਪਦਾ ਕਰਕੇ ਕਹਿਨੀ ਆ ਦਿਖ ਕੋਈ ਮੈਂ ਚੁਗਲੀ ਨਹੀਂ ਕਰਦੀ ਪੁੱਤ ਉਹ ਬੀਬੀ ਕੋਈ ਚਲਾਕੀ ਨਹੀਂ ਹੈਗੀ ਭੂਆ ਚ ਤੁਹਾਨੂੰ ਉਹੀ ਲੱਗਦਾ ਪੁੱਤ ਤੂੰ ਸਮਝ ਨਹੀਂ ਸਕਦੀ ਹੈਗੀ ਪਹਿਲਾਂ ਤੇਰੀ ਸੱਸ ਨਹੀਂ ਸਮਝ ਸਕੀ ਤੇਰੀ ਸੱਸ ਦੇ ਤਾਂ ਪਤਾ ਨਹੀਂ ਕੀ ਸਿਰ ਚ ਪਾਇਆ ਸੀ ਉਹ ਤਾਂ ਮਾਂ ਦੀ ਧੀ ਜਮਾਨੀ ਬੋਲਦੀ ਉਹ ਹੈ ਜੀ ਪੁੱਤ ਤੂੰ ਹੋਗੀ ਉਹ ਤਾਂ ਚੱਲ ਮਾੜੀ ਮੋਟੀ ਆਏ ਵੀ ਘੱਟ ਪੜੀ ਸੀ ਭਾਈ ਉਹਨੂੰ ਤਾਂ ਸੂਹ ਨਹੀਂ ਸੀ ਕਬੀਲਦਾਰੀ ਦੀ ਤਾਂ ਆਹ ਚਲੋ ਉਰੇ ਰਹਿਣ ਲੱਗ ਗਈ ਹੁਣ ਤੂੰ ਤਾਂ ਪੜੀ ਲਿਖੀ ਐ ਤਿੰਤਾ ਸਾਰੀ ਕਬੀਲਦਾਰੀ ਦੀ ਸੂਹਾ ਸੌਦਾ ਪੱਤਾ ਵੀ ਆਪ ਲੈ ਸਕਦੇ ਹੋ ਤੂੰ ਤੇ ਹਰਜੀਤ ਹੁਣ ਤਾਂ ਕੋਈ ਐਡਾ ਵੱਡਾ ਉਹਦਾ ਕੰਮ ਨਹੀਂ ਹੈਗਾ ਜਹਾਂ ਵੀ ਸਕਦੀ ਆ ਆਪਦੇ ਪਿੰਡ ਹੈ ਤੇ ਪਰ ਭਾਈ ਚਲੋ ਜਿਵੇਂ ਸੋਦੀ ਮਰਜ਼ੀ ਹੈ ਮੇਰਾ ਤਾਂ ਪੁੱਤ ਕਹਿਣਾ ਫਰਜ ਸੀਗਾ ਦੇਖ ਇਹ ਨਾ ਹੋਵੇ ਆਈ ਮੂਰੇ ਤੇਰੀ ਸੱਸ ਮੂਰੇ ਤੂੰ ਕਹਿੰਦੇ ਆਏ ਕਹੇ ਕਿਸੀ ਬੇਬੇ ਆਏ ਕਹੇ ਕਿਸੀ ਪੁੱਤ ਮੈਂ ਤਾਂ ਦੇਖ ਫਾਇਦੇ ਦੀ ਗੱਲ ਕਹਿ ਕੇ ਘਈ ਤੀ ਹੈ ਹੈ ਪਰ ਮਾੜੀ ਮੋਟੀ ਘੌਰ ਜ਼ਰੂਰ ਕਰੀ ਚੱਲ ਕੋਈ ਨਹੀਂ ਬੇਬੇ ਛੱਡੋ ਸਾਰੀਆਂ ਗੱਲਾਂ ਮੈਂ ਚਾਹ ਬਣਾ ਕੇ ਲਿਓਨੀ ਆ ਵੈਸੇ ਤਾਂ ਰੋਟੀ ਵੀ ਬਣੀ ਪਈ ਐ ਜੇ ਖਾਣੀ ਐ ਤਾਂ ਨਾ ਨਾ ਪੁੱਤ ਨਾ ਮੈਂ ਰੋਟੀ ਖਾਣੀ ਐ ਨਾ ਮੈਂ ਚਾਹ ਪੀਣੀ ਐ ਮੈਂ ਤਾਂ ਰੋਟੀ ਖਾ ਕੇ ਆਈ ਸੀ ਚਾਹ ਦੀ ਕੁਟ ਪੀ ਕੇ ਆਈ ਸੀ ਤੇਰਾ ਬਾਪੂ ਗਿਆ ਸੀ ਉਹਨਾਂ ਦੇ ਭੋਗ ਤੇ ਤੇ ਪਰ ਬਸ ਪੁੱਤ ਮੈਂ ਤਾਂ ਆਹੀ ਗੱਲਾਂ ਤੈਨੂੰ ਦੱਸਣੀਆਂ ਸੀਗੀਆਂ ਜਿੰਨੀਆਂ ਕ ਸੱਚ ਸੀ ਦੇਖ ਮੈਂ ਤਾਂ ਤੈਨੂੰ ਸੱਚ ਦੱਸਿਆ ਹੈਗਾ ਤੇ ਹੁਣ ਤੂੰ ਇੱਥੋਂ ਹੀ ਸਾਬ ਲਾ ਲਿਆ ਕਰ ਹੁਣ ਤੇਰੀ ਸੱਸ ਜੇ ਕਿਸੇ ਦੇ ਜਾਂਦੀ ਆ ਢੰਗਮਾੜ ਚ ਤੇਰੀ ਸੱਸ ਨੂੰ ਕੱਲੀ ਨੂੰ ਜਮਾ ਨਹੀਂ ਤੋੜਦੀ ਨਾਲ ਤੁਰਦੀ ਐ ਜੋ ਮਨ ਜਾਣਦੀਆਂ ਉਹ ਕੱਲੀ ਨੂੰ ਮਜਾਲ ਕੀ ਹੈ ਹੁਣ ਉਹ ਸੁੱਖ ਨਾਲ ਕਿੰਨੇ ਵਰਿਆਂ ਤੇ ਆਈ ਹੈ ਸਾਰੇ ਆਂਡ ਗਮਾਂਡ ਨੂੰ ਜਾਣਦੀ ਹੈ ਜਾ ਵੀ ਸਕਦੀ ਹੈ ਚੱਲ ਬੇਬੇ ਛੱਡੋ ਭੂਆ ਦੇ ਗੱਲਾਂ ਜੇ ਕੋਈ ਹੋਰ ਗੱਲ ਹੈਗੀ ਹੈ ਤਾਂ ਦੱਸੋ ਨਾ ਨਾ ਪੁੱਤ ਹੋਰ ਤਾਂ ਮੈਨੂੰ ਕੀ ਗੱਲ ਹੈ ਮੈਂ ਤਾਂ ਮੂੰਹ ਹੀ ਸੁੱਤੇ ਹੀ ਤੁਰੀ ਆਈ ਤੇ ਚੱਲ ਆ ਮੇਰਾ ਇੰਨਾ ਕ ਫਰਜ ਸੀ ਤੈਨੂੰ ਕਹਿਣਾ ਤੇ ਸਮਝਾਉਣਾ ਤੀਏ ਮੈਂ ਸਮਝਾਤਾ ਪਰ ਮੇਰੀਆਂ ਗੱਲਾਂ ਪੱਲੇ ਬੰਨ ਲੀ ਤੇ ਗਾਹਾਂ ਨਾ ਕਰੀ ਮੇਰੀ ਤੀ ਚੰਗਾ ਇਹ ਨਾ ਹੋਵੇ ਮੇਰੀ ਗੁੱਤਨੀ ਪਟਵਾ ਦੇ ਅੱਥ ਨੇ ਆਖਣੀਆਂ ਸਾਡੀ ਬਹੂ ਕੋਲੇ ਖਾਨੀ ਚੁਗਲੀਆਂ ਕਰ ਗਈ ਪੁੱਤ ਮੈਂ ਚੁਗਲੀ ਨਹੀਂ ਕਰਕੇ ਗਈ ਇਹ ਚੰਗਾ ਠੀਕ ਆ ਹਾਂ ਬਸ ਮੈਂ ਹੁਣ ਜਾਣੀ ਆ ਚੰਗਾ ਕੋਈ ਨਾ ਜਦੋਂ ਆ ਗਈਆਂ ਮੈਂ ਫੇਰ ਜਿਹੜਾ ਮਾਰ ਕੇ ਜਾਉਂਗੀ ਉਹਨਾਂ ਕੋਲ ਚੰਗਾ ਬੇਬੇ ਹੋਰ ਬੇਬੇ ਕਿੰਨੀਆਂ ਚੁਗਲੀਆਂ ਕਰਦੀ ਐ ਹੱਦ ਹੀ ਹੋ ਗਈ ਤਾਂ ਹੀ ਤਾਂ ਭੂਆ ਤੇ ਮਾਂ ਮੈਨੂੰ ਬੇਬੇ ਕੋਲ ਬੈਠਣ ਨਹੀਂ ਦਿੰਦੀਆਂ ਸੀ ਜਦੋਂ ਆਉਂਦੀ ਸੀ ਬੇਬੇ ਉਹਦੀ ਮੈਨੂੰ ਕੋਈ ਨਾ ਕੋਈ ਕੰਮ ਦੱਸ ਦਿੰਦੀਆਂ ਸੀ ਬੇਬੇ ਤਾਂ ਭੂਆ ਨੂੰ ਜਮੀ ਨਹੀਂ ਪਸੰਦ ਕਰਦੀ ਨਾਲੇ ਤਾਂ ਸਾਰੀਆਂ ਗੱਲਾਂ ਕਰ ਗਈ ਨਾਲੇ ਕਹਿੰਦੀ ਐ ਮੈਂ ਕਿਹੜਾ ਕੋਈ ਚੁਗਲੀ ਕੀਤੀ ਐ ਆਪਦੀ ਮਾਂ ਨੂੰ ਉਹਨਾਂ ਦੱਸਦੀ ਉਹ ਹੁਣ ਤੇ ਜਨਵਰੀ ਦਾ ਪਤਾ ਨਹੀਂ ਕੀ 나ਗ ਲੜਦਾ ਸੀ ਮੇਰੇ ਲਈ ਬਈ ਟਾਈਮ ਨਹੀਂ ਲੈ ਹੁਣ ਪਤਾ ਨਹੀਂ ਕਿਹਦੇ ਕੋਲੇ ਕੱਛ ਦੀ ਫਿਰਦੀ ਐ ਕਿਹੜਾ ਵੇਲਾ ਹੋ ਗਿਆ ਮੈਨੂੰ ਆਏ ਨੂੰ ਹਾਜ਼ਰੀ ਨਹੀਂ ਆਈ ਆ ਗਿਆ ਆਹੋ ਮੈਂ ਤਾਂ ਆ ਗਿਆ ਤੂੰ ਕਿੱਧਰ ਜਾਇ ਆਈ ਤੇ ਮੈਂ ਤਾਂ ਕਿੱਥੇ ਨਹੀਂ ਗਈ ਮੈਂ ਤਾਂ ਬਾੜੇ 'ਚ ਗਈ ਸੀ ਪਾਥੀਆਂ ਜਾਂ ਥੱਲਾਂ ਨਾਲੀਆਂ ਹੋਈਆਂ ਫੇਸੇ ਮੈਂ ਪਾਥੀਆਂ 'ਚ ਥੱਲੇ ਆ ਮੋ ਕਮਾਲ ਕਰਦੀ ਐ ਕਿਉਂ ਝੂਠ ਬੋਲਦੀ ਐ ਕੋਫਰ ਤੋੜਦੀ ਐ ਮੈਂ ਬਾੜੇ ਦੇ ਬੀਦੀ ਨਾਲ ਕੇ ਆਇਆ ਡੰਗਰ ਵੱਢ ਰਹੀ ਸੀ ਮੈਂ ਕੱਟ ਕੇ ਤੂੰ ਦੱਸ ਕਿਹੜਾ ਪਾਥੀਆ ਵਾਲਾ ਭੂਣਸੀ ਪਾਥੀ ਥੱਲੇ ਬੈਠੀ ਸੀ ਬੇ ਬੇ ਮੈਂ ਪਾਥੀਆਂ ਥੱਲ ਕੇ ਨਾ ਮਾੜਾ ਉਧਰ ਜਸਵਿੰਦਰ ਕਾ ਨਹੀਂ ਹੋਗੀ ਉਹਦੇ ਕੋਲੇ ਖੜ ਗਈ 2 ਮਿੰਟ ਹੋਰ ਮੈਂ ਕਿੱਧਰ ਜਾਣਾ ਸੀਗਾ ਉਹੀ ਬਿਨਾ ਮਤਲਬ ਤੂੰ ਦੱਸ ਤੈਨੂੰ ਦੱਸ ਕੰਮ ਕੀ ਐ ਤੂੰ ਆਪਦਾ ਕੰਮ ਦੱਸ ਜਸਵਿੰਦਰ ਕੋਲੇ ਜਾਣ ਨੂੰ ਤੈਨੂੰ ਟਾਈਮ ਲੱਗ ਗਿਆ ਉਧਰੋਂ ਮੱਗਰ ਦੇ ਘਰ ਆ ਗਏ ਨੇ ਗੱਡੇ ਜੱਡਾ ਲਾਂਭਤਾ ਕਹਿੰਦੀ ਕੀ ਗੱਲ ਕਾਕੇ ਭਾਈ ਤੁਹਾਡੇ ਘਰ ਵਾਲੀ ਨਹੀਂ ਆਈ ਮੈਂ ਕੋਈ ਨਾ ਫੇਰ ਕਿਹੜਾ ਉਹਨਾਂ ਦਾ ਭੋਗ ਰਹਿ ਗਿਆ ਨਾ ਆਪ ਤਾਂ ਲਾਂਭੋ ਦੇਤਾ ਆਪਨਾਈ ਬਹੁ ਨੂੰ ਸਲਾਮੀ ਦੇਣ ਸਾਰੀਆਂ ਅੰਡਣਾ ਗਮਾਡਣਾ ਆ ਗਈਆਂ ਉਹਨੂੰ ਪਤਾ ਨਹੀਂ ਅੱਛਾ ਓਏ ਉਹਨੂੰ ਤਾਂ ਪਤਾ ਹੀ ਅੱਜ ਲੱਗਿਆ ਵੀ ਕਰਮਾਂ ਬਿਆਲੇ ਆਪਾਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੁੱਚਪਣੇ ਕਰਤੀਆਂ ਨੇ ਤੀਵੀਆਂ ਆਏ ਜੇ ਲੁੱਚਪਣੇ ਮੈਨੂੰ ਤਾਂ ਆਉਂਦੇ ਨਹੀਂ ਹੈਗੇ ਸਾਰੇ ਅੰਡਗਮਾਡ ਨੂੰ ਪਤਾ ਲੱਗ ਗਿਆ ਕੋਲੋਂ ਗਮਾਡਣਾ ਆ ਗਈਆਂ ਅੱਛਾ ਉਹਨੂੰ ਪਤਾ ਨਹੀਂ ਲੱਗਿਆ ਹੈਗਾ ਜਾਣ ਕੇ ਅਗਲੀ ਸਲਾਮੀ ਦੇਣ ਦੀ ਮਾਰੀ ਹਾਂ ਕਹਿ ਦਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਹ ਕਿੱ데 ਦੇ ਜਾਣੇ ਆਉਨੇ ਬੰਦਾ ਗੁੱਸਾ ਤਾਂ ਕਰਦੀ ਐ ਫਿਰ ਕਿੰਨਾ ਕੁ ਤੇਰਾ ਬੁੱਕਾ ਹਦਾ ਸੀ ਕੁਸ ਬਗ ਜਾਂਦੀ ਅੱਜ ਸੁਵਿੰਦਰ ਕੋਲੇ ਦਾ ਟਾਈਮ ਲੱਗ ਗਿਆ ਤੈਨੂੰ ਉੱਥੇ ਨਾ ਗਈ ਜਿੱਥੇ ਅਗਰੇ ਨੇ ਸੱਦਿਆ ਸੀ ਮੈਂ ਤਾਂ ਗੁੱਸਾ ਸੀ ਤੈਨੂੰ ਦੱਸੀ ਤਾਂ ਜਾਨੀ ਆ ਵੀ ਜਦੋਂ ਆਪਣੇ ਨਹੀਂ ਆਈ ਹੈਗੀ ਉਹ ਸਲਾਮੀ ਦੇਣ ਤਾਂ ਨਹੀਂ ਗਈ ਮੈਂ ਤਾਂ ਆਪਾਂ ਨੇ ਕਿਹੜਾ ਕੱਠ ਕਰਿਆ ਸੀ ਗੁੱਸੇ ਨੂੰ ਚੱਲ ਕੱਠ ਨਹੀਂ ਕਰਿਆ ਸੀ ਫਿਰ ਹੋਰ ਅੰਨੰਗ ਮੰਡਣਾ ਗਈਆਂ ਉਹ ਵੀ ਆ ਜਾਂਦੀ ਬਹੂ ਦੇਖਣ ਨਾਲੇ ਫਿਰ ਹੁਣ ਹੋਇਆ ਨਿਬੜਿਆ ਇੱਕ ਜਵਾਕ ਸੀ ਉਹ ਵਿਆਹ ਲੈ ਚਾਹੇ ਕੱਠ ਕਰਿਆ ਚਾਹੇ ਨਾ ਕਰਿਆ ਹੁਣ 20 ਸਾਲਾਂ ਤੇ ਗਈ ਗਾਹ ਪੋਤੇ-ਪੋਤੀਆਂ ਵਿਆਹਾਂਗੇ ਦੇਖੀ ਜਾਓ ਕਿਹੜੇ ਰਾਜਾ ਦੀ ਪਰਜਾ ਹੋਊਗੀ ਉਹ ਤੁਹਾਨੂੰ ਬੰਦੇ ਦੀ ਟੌਰ ਮੈਂ ਤੈਨੂੰ ਦੱਸਾਂ ਨਾ ਬੰਦਿਆਂ ਨਾਲ ਹੀ ਹੁੰਦੀ ਐ ਐ ਨਹੀਂ ਹੁੰਦਾ ਆਪਾਂ ਵੀ ਕਿਸੇ ਜਾਓ ਆਵਨਾ ਵਰਤੋਂ ਨਾ ਜੇ ਕਿਸੇ ਜਾਵਾਂਗੇ ਅਗਲਾ ਫੇਰ ਹੀ ਆਊਗਾ ਕੋਈ ਨਾ ਤੂੰ ਹੀ ਬਣਾਈ ਜਾ ਇਹ ਜੀਆਂ ਟੌਰਾਂ ਮੈਨੂੰ ਤਾਂ ਲੋੜ ਨਹੀਂ ਇਹਨੇ ਫੁਕੀਆਂ ਟੌਰਾਂ ਦੀ ਗਾਹਾਂ ਕਿਹੜਾ ਰੱਬ ਨੇ ਮੁੰਡੇ ਨੂੰ ਜਵਾਖ ਨਹੀਂ ਦੇਣੇ ਜਵਾਖ ਵੀ ਵਿਆਉਣੇ ਨੇ ਕੱਲ ਨੂੰ ਕਿਹਦੇ ਮੂੰਹ ਚ ਮੂਰੇ ਖੜੇਂਗੇ ਜਾ ਕੇ ਉਹ ਹੀ ਤਾਂ ਤੈਨੂੰ ਕਹੀ ਜਾਨੀ ਆ ਬੀਬੀ 25 ਸਾਲਾਂ ਤੇ ਗੱਲ ਗਈ ਦੇਖੀ ਜਾਊਗੀ ਪਤਾ ਨਹੀਂ ਮਰਾਂਗੇ ਪਤਾ ਨਹੀਂ ਬਚਾਂਗੇ ਹੁਣ ਜਿਨੇ ਗਾਹਾਂ ਆਪਦੇ ਕਾਰਜ ਕਰਨੇ ਨੇ ਜਵਾਕਾਂ ਦੇ ਆਪੇ ਵਗ ਜਾ ਕਰਨਗੇ ਮੈਥੋਂ ਨਹੀਂ ਹੁਣ ਜਾਈਂਦਾ ਗੋਡੇ ਕ੍ਰੀਸ ਦੀ ਕਿਸੇ ਅੰਨੇ ਤੇਰੇ ਜੱਡੀ ਸਿਆਣੀ ਮੈਂ ਕੋਈ ਦੇਖਣੀ ਨਹੀਂ ਉਦੋਂ ਤੱਕ ਮੇਰੇ ਲਈ ਟਾਈਮ ਨਹੀਂ ਉਹ ਨੀਰਾ ਵੀ ਹੀ ਪਿਆ ਵੀ ਆਜੂਆ ਪੀਆ ਕੇ ਰਲਾ ਦੂਗਾ ਹੁਣ ਕੋਈ ਨਾ ਫੇਰ ਕੀ ਹੋ ਗਿਆ ਘਸ ਗਿਆ ਜਾ ਕੀ ਆਏ ਆ ਦੋ ਕਰਮਾ ਤੁਰਕੀ ਆਏ ਆ ਰਲਾ ਦੇ ਨੀਰਾ ਚੱਲ ਮੈਂ ਰਲਾਵਾ ਦੂੰਗੀ ਨਾ ਅੱਖਾਂ ਖੋ ਫੜਾ ਦਿੰਨੀ ਆ ਸੰਨੀ ਕਰਦੇ ਫੇਰ ਬਿੰਦ ਚੱਟ ਨੂੰ ਉਚਾ ਪੀ ਕੇ ਹਰਾ ਵੱਢ ਲਈ ਹਰਾ ਰਲਾ ਦੇਾਂਗੇ ਚੱਲ ਉਹ ਤਾਂ ਹੁਣ ਰਲਵਾਵੇਂਗੀ ਚੱਲ ਫਿਰ ਰਲਾਈਏ ਚੱਲ ਕੇ ਚੱਲ ਰਲਾ ਦਿੰਨੇ ਆ ਜਾ ਚੱਲ ਮੈਂ ਖਲ ਫੜਾਉਣੀ ਆ ਤੂੰ ਮੜਾ ਜਾ ਹੱਥ ਮਾਰਦੇ ਸਨੀ ਚ ਕੀ ਉੱਥੇ ਜੋਰ ਲੱਗਣਾ ਹੈ ਦੱਸ ਆ ਜਾ ਚੱਲ ਹੋ ਖੜੀ ਹੋਰ ਹੁਣ ਉਹਨਾਂ ਦਾ ਤਾਂ ਪਤਾ ਨਹੀਂ ਹੈਗਾ ਲਾਦਦਾ ਤਾਂ ਮੁੜਨਗੇ ਇੱਕ ਨਾ ਮੁੜਨਗੇ ਆਥਣ ਨੂੰ ਆਪਦਾ ਕੰਮ ਤਾਂ ਕਰੀਏ ਖੋਲੀਆਂ ਤਰ ਜਾਈਏ ਦੋ ਸਿਰ ਦੁੱਧ ਚੋਣਾ ਹੱਥ ਨੇ ਓਫੋ ਨਹੀਂ ਬੋਤੋ ਤਪੰਨਿਆ ਆਗੇ ਪੂਆ ਤੁਸੀਂ ਉਹ ਤਾਂ ਮੈਂ ਬਿਮਾਰ ਦੀ ਸੀ ਨਾ ਤਾਂ ਪੈ ਗਈ ਕਿਵੇਂ ਹੁਣ ਲੋਟਾ ਛੱਟ ਹਾਂ ਪੂਆ ਸਿਰ ਬਾਲਾ ਦੁੱਖ ਜਾਂਦਾ ਸੀ ਦਵਾਈ ਲੈ ਕੇ ਬਿੰਦ ਛੱਟ ਪੈ ਗਈ ਮੈਂ ਨਾ ਚਾਹ ਬਣਾ ਕੇ ਲਿਉਣੀ ਆ ਤੁਹਾਡੇ ਵਾਸਤੇ ਮੇਰੀ ਗੱਲ ਸੁਣ ਪੁੱਤ ਬੈ ਜਾ ਚਾਹ ਦੀ ਤਾਂ ਨਹੀਂ ਹਜੇ ਮੈਨੂੰ ਲੋੜ ਹੈਗੀਗੀ ਤੇ ਉਹ ਬੀਬੀ ਨੂੰ ਦਾਖਲ ਕਰ ਲਿਆ ਸੀਗਾ ਹੋਰ ਉਹਦਾ ਸ਼ੂਗਰ ਬਾਲਾ ਵੱਧ ਗਿਆ ਸੀ ਤੇ ਫਿਰ ਇੱਥੇ ਹੀ ਲਿਆਂਦਾ ਸੀ ਮਾਨਸਾ ਮੈਨੂੰ ਤੇਰਫ ਫੜ ਕਹਿੰਦਾ ਜਾ ਤੂੰ ਬਸ ਚੜ ਜਾ ਕਹਿੰਦਾ ਰੋਟੀ ਟੁਕ ਲੈ ਆ ਹਾਂ ਹਾਂ ਰੋਟੀ ਤਾਂ ਮੈਂ ਬਣੀ ਪਈ ਐ ਐ ਕਰਦੀ ਹਾਂ ਹੋਰ ਬਣਾ ਕੇ ਨਾ ਹੁਣ ਹੀ ਨਹੀਂ ਪੁੱਤ ਲੈ ਕੇ ਜਾਣੀ ਕੋਈ ਨਹੀਂ ਹਜੇ 2 ਘੰਟਿਆਂ ਨੂੰ ਜੇ ਤਾਂ ਤੇਰੇ ਫੁੱਫੜ ਨੂੰ ਟਾਈਮ ਲੱਗਿਆ ਠੀਕ ਆ ਨਹੀਂ ਹਰਜੀਤ ਤੇ ਮੈਂ ਵਗ ਜਾਾਂਗੇ ਰੋਟੀ ਲੈ ਕੇ ਤੇ ਤੇਰੀ ਮਾਂ ਨਹੀਂ ਦੀਂਦੀ ਉਹ ਭੋਗ ਤੇ ਗਈ ਹੋਈ ਆ ਹਲੇ ਤਾਂ ਕਾਈ ਨਹੀਂ ਮਾਂ ਮੂੰ ਮੈਂ ਮਰ ਜਾ ਕਿਹੜਾ ਮੇਰਾ ਹੋ ਗਿਆ ਹਜੇ ਆਈ ਨਹੀਂ ਲੈ ਤੇਰੀ ਮਾਂ ਵੀ ਗਲੱਖ ਹੋ ਗਈ ਤੈਨੂੰ ਕੱਲੀ ਨੂੰ ਛੱਡ ਦਿੱਤੇ ਹਰਜੀਤ ਉਹ ਖੇਤ ਗਏ ਨੇ ਪੂਆ ਹਾਂ ਮੈਂ ਮਰ ਜਾ ਦੋਵੇਂ ਮਾਂ ਪੁੱਤ ਜਮਾਂ ਗੱਲ ਨਹੀਂ ਸੁਣਦੇ ਵੀ ਲੈ ਦੱਸ ਤੁਸੀਂ ਦੋਵੇਂ ਇਕੱਲੀ ਬਹੂ ਨੂੰ ਛੱਡ ਕੇ ਗਏ ਹੋਗੇ ਤੇ ਚੱਲ ਛੱਡ ਪੁੱਤ ਆਇਆ ਕਰਿਆ ਤਾਂ ਨੀ ਕੋਈ ਕਰੇ ਉਹ ਬੇਬੇ ਆਈ ਸੀ ਪਰਲੇ ਘਰ ਆਲੀ ਪੂਆ ਅੱਛਾ ਬੋਲੀ ਤਾਂ ਕੁਛ ਨਾ ਬੋਲਣਾ ਤਾਂ ਕੀ ਸੀ ਪੂਆ ਇੱਕ ਗੱਲ ਪੁੱਛਾਂ ਤੁਹਾਡੇ ਤੋਂ ਹਾਂ ਪੁੱਤ ਦੋ ਪੁੱਛੇ ਕ ਛੱਡ ਬੇਬੇ ਨਾ ਜਮੇ ਇਨਾਂ ਗੱਲਾਂ ਕਰਦੀ ਸੀ ਬੈਠ ਕੇ ਮੈਨੂੰ ਨਾ ਬੇਬੀ ਦੇ ਗੱਲਾਂ ਤੋਂ ਐ ਲੱਗਿਆ ਜਿਵੇਂ ਤੁਹਾਨੂੰ ਪਸੰਦ ਨਾ ਕਰਦੀ ਹੋਵੇ ਤੁਹਾਡੇ ਤਾਂ ਖਾਸਾ ਹੀ ਲੱਗਦੀ ਸੀ ਲੇ ਪੁੱਤ ਮੇਰੇ ਤੇ ਨਹੀਂ ਲੱਗੂਗੀ ਹੋਰ ਦੱਸ ਕੀ ਤੇ ਲੱਗੂ ਉਹਨੇ ਲੱਗਣਾ ਹੀ ਆ ਪੁੱਤ ਉਹਨੂੰ ਐ ਸੀਗਾ ਵੀ ਇਸ ਘਰ ਤੇ ਸਾਡਾ ਕਬਜ਼ਾ ਕਿਉਂ ਨਹੀਂ ਹੋਇਆ ਪੂਆ ਕਿਉਂ ਬੈਠੀ ਐ ਪੂਆ ਤੁਸੀਂ ਇਸ ਘਰ ਦੇ ਕੁੜੀ ਹੋ ਫਿਰ ਤੁਹਾਡੇ ਤੇ ਕੋ ਲੱਗਦੀ ਐ ਮੈਨੂੰ ਇਹ ਨਹੀਂ ਸਮਝ ਆਇਆ ਨਹੀਂ ਪੁੱਤ ਮੇਰੇ ਤੇ ਤਾਂ ਉਹ ਐ ਲੱਗਦੀ ਐ ਜਦੋਂ ਦੇਖ ਤੇਰਾ ਬਾਪੂ ਮੋਕਿਆ ਨਾ ਉਦੋਂ ਹਰਜੀਤ ਤਾਂ ਛੋਟਾ ਜਿਹਾ ਸੀ ਤੇਰੀ ਮਾਂ ਵੀ ਤੇਰੇ ਵਾਂਗੂ ਨਿਆਣੀ ਸੀਗੀ 2 ਕੁ ਮਹੀਨਿਆਂ ਚ ਉਹਦੇ ਗਮ ਚ ਆਪਣੀ ਬੇਬੇ ਮਰ ਗਈ ਸੀ ਫੇਰ ਤੈਨੂੰ ਪਤਾ ਲੋਕਾਂ ਦੇ ਤਾਨੇ ਮੇਨੇ ਸਹਨੇ ਪੁੱਤ ਬਹੁਤ ਔਖੇ ਹੋ ਜਾਂਦੇ ਨੇ ਬਾਪੂ ਕੱਲਾ ਰਹਿ ਗਿਆ ਸੀ ਤੇਰੀ ਮਾਂ ਵੀ ਨਿਆਣੀ ਸੀ ਪਹਿਲਾਂ ਤਾਂ ਸ੍ਰੀਕਾ ਨੂੰ ਇਹ ਗੱਲ ਸੀ ਆ ਤੇਰਾ ਕਰਮਾ ਚਾਚਾ ਕਿਉਂ ਨਹੀਂ ਆਇਆ ਸੀ ਹੁਣ ਤੱਕ ਉਹਨਾਂ ਨੂੰ ਆਏ ਸੀ ਵੀ ਤੇਰੀ ਮਾਂ ਦੀ ਪਾਗੂ ਉਹਨੂੰ ਦੇ ਦੇਣ ਨਾਲੇ ਤਾਂ ਸਾਡੇ ਜਮੀਨ ਰਹਿ ਜੂਗੀ ਨਾਲੇ ਵੀ ਇਹ ਸਾਡੇ ਘਰੀ ਆਜੂ ਸਾਰਾ ਕਬਜ਼ਾ ਸਾਡਾ ਹੋਜੂ ਤੇਰੀ ਮਾਂ ਏਡੀ ਭਲੀ ਸੀ ਉਨੇ ਆਖਿਆ ਵੀ ਨਾ ਨਾ ਤਾਂ ਮੈਂ ਪੱਗ ਲੈਣੀ ਆ ਮੈਂ ਤਾਂ ਆਪਦੇ ਪੁੱਤਾਂ ਸਿਰ ਤੇ ਕੱਟੂਗੀ ਫੇਰ ਪੁੱਤੋਂ ਨੂੰ ਮੈਂ ਕੱਲੀ ਨੂੰ ਕਿਵੇਂ ਛੱਡ ਦਿੰਦੀ ਓਰੇ ਤਾਂ ਕਰਕੇ ਤੇਰਾ ਫੁੱਫੜ ਤੇ ਮੈਂ ਓਰੇ ਆ ਗਈ ਸੀ ਪੁੱਤ ਇਹਨਾਂ ਨੇ ਤਾਂ ਮੱਛਣੀਆਂ ਹੀ ਆ ਹੁਣ ਸ਼ੁਰੂ ਤੋਂ ਇਹਨਾਂ ਦੀ ਇਹੀ ਸੋਚ ਹੈ ਵੀ ਸਾਰੀ ਜ਼ਮੀਨ ਤੇ ਘਰ-ਬਾਰ ਤੇ ਅਸੀਂ ਕਬਜ਼ਾ ਕਰ ਲਈਏ ਤਾਂ ਮੇਰੇ ਤੇ ਮੱਚਦੀ ਰਹਿੰਦੀ ਆ ਆ ਤੇਰੀ ਮਾਂ ਨੂੰ ਤੇਰੀਆਂ ਲੁੱਤੀਆਂ ਲਾਉਂਦੀ ਤਾਂ ਇੱਥੋਂ ਪਹਿਲਾਂ ਹਾਂ ਤਾਂ ਹੀ ਮੈਨੂੰ ਪਤਾ ਕੀ ਕਹਿੰਦੀ ਪੂਆ ਕਹਿੰਦੀ ਮੈਂ ਹੁਣ ਤੈਨੂੰ ਜੋ ਵੀ ਸਮਝਾ ਕੇ ਗਈ ਆ ਨਾ ਤੂੰ ਮੇਰੀ ਆਪਦੀ ਆ ਮੈਂ ਤੈਨੂੰ ਤਾਂ ਕਹਿ ਕੇ ਗਈ ਆ ਇਹਨੂੰ ਚੁਗਲੀ ਨਾ ਸਮਝੀ ਕੋਈ ਨਾ ਪੁੱਤ ਤੇਰੀ ਮਾਂ ਤਾਂ ਦੇਖ ਸਾਰਾ ਹੀ ਉਮਰ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਈ ਤੂੰ ਨਾ ਮੇਰੀ ਧੀ ਇਹਨਾਂ ਦੀਆਂ ਗੱਲਾਂ ਤੇ ਅਮਲ ਕਰ ਜੀ ਇਹਨਾਂ ਨੇ ਕੋਈ ਕਾਸਰ ਨਹੀਂ ਛੱਡੀ ਸੀ ਬਥੇਰੀਆਂ ਲੁੱਤੀਆਂ ਲਾਉਂਦੀਆਂ ਸੀ ਤੇਰੀ ਮਾਂ ਨੂੰ ਤੂੰ ਇਹ ਘਰ ਛੱਡ ਜਾ ਤੂੰ ਕੀ ਕਰਨਾ ਤੇਰੀ ਭਰੀ ਜਵਾਨੀ ਪਈ ਐ ਪਰ ਪੁੱਤ ਤੇਰੀ ਮਾਂ ਦਾ ਦੇਣ ਅਸੀਂ ਉਮਰ ਭਰ ਨਹੀਂ ਦੇ ਸਕਦੇ ਜਿਨੇ ਇਸ ਘਰ ਨੂੰ ਜੋੜ ਕੇ ਰੱਖਿਆ ਆ ਪੁੱਤ ਮੈਂ ਇੱਥੇ ਬੈਠੀ ਆ ਮੈਂ ਨਹੀਂ ਮੇਰੀ ਗੱਲ ਸੁਣ ਵੇ ਇੱਕੇ ਘਰੇ ਮੈਂ ਵੀ ਮੇਲਣ ਬਣ ਕੇ ਆਵਾਂ ਪੁੱਤ ਪਰ ਇਸ ਕਬੀਲਦਾਰੀ ਨੇ ਬਾਪੂ ਕਰਕੇ ਇਸ ਘਰ ਦੇ ਮੋਹ ਨੇ ਉਹ ਜਵਾਕ ਦੇ ਮੋਹ ਨੇ ਇੱਥੇ ਰੱਖਿਆ ਤਾਂ ਆਪਦਾ ਉਹੀ ਗੱਲ ਆ ਪਰਿਆ ਪਰੁੰਨਿਆ ਘਰ ਛੱਡ ਕੇ ਇੱਥੇ ਬੈ ਗਈ ਆ ਹੁਣ ਪੁੱਤ ਸੁਖ ਦਾ ਸਾਂ ਆਇਆ ਜਿੱਦੇ ਦੀ ਤੂੰ ਇਸ ਘਰ ਚ ਆਈਆਂ ਬਾਤੇਰਿਆ ਦੁੱਖਾਂ ਨਾਲ ਹਰਜੀਤ ਨੂੰ ਪਾਲਿਆ ਤਾਂਹੀਂ ਤਾਂ ਉਹੀ ਗੱਲ ਆ ਉਹਦਾ ਮਾੜਾ ਜਿਹਾ ਦੁੱਖ ਨਹੀਂ ਅਸੀਂ ਚੱਲ ਸਕਦੀਆਂ ਨਾਲ ਦਾ ਪਰਜਾਈ ਮੈਂ ਵੀ ਬੇਬੇ ਨੂੰ ਇਹੀ ਗੱਲ ਸਮਝਾਈ ਸੀ ਵੀ ਪੂਆ ਤਾਂ ਸਾਨੂੰ ਇੰਨਾ ਪਿਆਰ ਕਰਦੀ ਆ ਪਰ ਤੁਹਾਨੂੰ ਬੇਬੇ ਦੇ ਸੁਭਾਅ ਦਾ ਪਤਾ ਉਹਨੇ ਦੋ ਗੱਲਾਂ ਵੱਧ ਕੇ ਕਰਨੀਆਂ ਹੁੰਦੀਆਂ ਮੈਨੂੰ ਤਾਂ ਪੁੱਤ ਇਹ ਗੱਲ ਤਾਂ ਪਹਿਲਾਂ ਪਤਾ ਸੀ ਤਾਂਹੀਂ ਤਾਂ ਤੇਰੀ ਬੇਬੇ ਆਈ ਤਾਂ ਅਸੀਂ ਤੇ ਇਹਨੂੰ ਉਧਰ ਤੋਰ ਦਿੰਨੇ ਆ ਵੀ ਨਾ ਪੁੱਤ ਤੂੰ ਮੈਂ ਅੰਦਰ ਬਗ ਜਾ ਹੋਰ ਕੀ ਐ ਇਹਨਾਂ ਨੇ ਤਾਂ ਸਾਰੀ ਉਮਰ ਉਹੀ ਗੱਲ ਆ ਕੋਈ ਨਾ ਕਰਕੇ ਆਉ ਮੈਂ ਬੇਬੇ ਜੀ ਨਾਲ ਗੱਲ ਨਾ ਪੂਆ ਤੁਸੀਂ ਨਾ ਗੱਲ ਕਰਿਓ ਫਿਰ ਉਹਨੂੰ ਐ ਲੱਗੂ ਵੀ ਬਹੂ ਨੇ ਲੂਤੀਆਂ ਲਾ ਅਤੇ ਇਹ ਕਹਿੰਦੇ ਜੇ ਨਾ ਕਹਾਂਗੇ ਨਾ ਬੰਦੇ ਨੂੰ ਆਦਤ ਪੈ ਜਾਂਦੀ ਹੈਗੀ ਅੱਜ ਉਹ ਤੈਨੂੰ ਐ ਕਹਿ ਕੇ ਕਿ ਕੱਲ ਨੂੰ ਕੋਈ ਗੱਲ ਹੋਰ ਸਕਿਆ ਕਿ ਜੋ ਨਾਲੇ ਮੈਨੂੰ ਮੇਰੀ ਤੀ ਤੇ ਮਾਣ ਹੈ ਵੀ ਮੇਰੀ ਤੀ ਕਿਸੇ ਦੇ ਪਿੱਛੇ ਨਹੀਂ ਲੱਗਦੀ ਚਾਹੇ ਜੀ ਤੇਰੀ ਸੱਸ ਹੈ ਉਹ ਹੀ ਜੀ ਮੈਨੂੰ ਤੇਰੇ ਤੇ ਮਾਣ ਹੈ ਤੁਸੀਂ ਬਿਲਕੁਲ ਫਿਕਰ ਨਾ ਕਰੋ 부ਆ ਜੀ ਮੈਂ ਨਹੀਂ ਉਹਨਾਂ ਦੀ ਗੱਲਾਂ ਚਾਹੁੰਦੀ ਮੈਂ ਜੇ ਆਉਣਾ ਹੀ ਹੁੰਦਾ ਫਿਰ ਮੈਂ ਤੁਹਾਨੂੰ ਇਹ ਗੱਲ ਕੋਈ ਦੱਸਦੀ ਤਾਹੀ ਤਾਂ ਮੈਂ ਤੁਹਾਨੂੰ ਆਨਸਰ ਜਿਹੜੀ ਗੱਲ ਮੈਨੂੰ ਜੱਚੀ ਨਹੀਂ ਮੈਂ ਤੁਹਾਨੂੰ ਆਪ ਹੀ ਦੱਸਦੀ ਕੋਈ ਨਾ ਆ ਤੇਰੀ ਮਾਂ ਨੂੰ ਵੀ ਆਉਣ ਦੇ ਇਹਨੂੰ ਵੀ ਦੇਉਂਗੀ ਆਈ ਨੂੰ ਤਾਂ ਇਹ ਸੜੀ ਵੀ ਤੂੰ ਬਹੂ ਨੂੰ ਕੱਲੀ ਨ ਦਾਲ ਸਬਜ਼ੀ ਕੋਈ ਕੀ ਪਈ ਆ ਲੈ ਬਣਾਈਏ ਫੇਰ ਆਪਾਂ ਤੇ ਫੇਰ ਰੋਟੀ ਲੈ ਕੇ ਜਾਉਂਗੀ ਮੈਂ ਮੈਂ ਮੂੰਗੀ ਮਸਰੀ ਦੀ ਦਾਲ ਤਾਂ ਰੀਸੀ ਪੂਆ ਤੇ ਤੁਸੀਂ ਕਹਿੰਦੇ ਤੇ ਕਦੀ ਸਬਜ਼ੀ ਹੋਰ ਬਣਾ ਲੈਣੀ ਆ ਸਬਜ਼ੀ ਤਾਂ ਕਿਸੇ ਨੇ ਕੀ ਕਰਨੀ ਆ ਆ ਤੇਰਾ ਫੁੱਫੜੀ ਉੱਥੇ ਰੋਟੀ ਖਾਣ ਆਲਾ ਬੀਬੀ ਖਾ ਲੂਗੀ ਨਾ ਐਸਾ ਕਾ ਵਧੀਆ ਮੂੰਗੀ ਮਸਰੀ ਜਾਂ ਫੇਰ ਤੜਕਾ ਤੁੜਕਾ ਘੱਟ ਲੈ ਪੁੱਤ ਵਣ ਕੇ ਤੇ ਆਟਾ ਉਟਾ ਘੋਣਾ ਲੈ ਹਾਂ ਪੂਆ ਤੁਸੀਂ ਬੈਠੋ ਨਾਲ ਮੈਂ ਚਾਹ ਬਣਾ ਦਿੰਨੇ ਨਾਲ ਤੜਕਾ ਚੱਲ ਬਣਾ ਲੈ ਪੀ ਲਾਂਗੀ ਆ ਪੂਆ ਭਤੀਜੀ ਆਹੋ ਦੇਖ ਲੈ ਹਟ ਹੀ ਨਾ ਜਾਚੀ ਹਣਾ ਆਪਦੀਆਂ ਹਰਕਤਾਂ ਤੂੰ ਪਹਿਲਾਂ ਤੂੰ ਪਰ ਜਾਈ ਨਾਲ ਲੱਗੀ ਰਹੀਆਂ ਵੈਰਤਾ ਹੁਣ ਆ ਜਵਾਕ ਦੀ ਨੂੰ ਲੱਗੀ ਸਖਿਓ ਹਾਂਜੀ ਸਤਿ ਸ੍ਰੀ ਅਕਾਲ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲੇ ਸਾਡੀਆਂ ਨਵੀਆਂ-ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ